ਮੈਂ ਮਾੜੇ ਸਿਸਟਮ ਤੇ ਸਵਾਲ ਚੁੱਕਦਾ, ਉਹ ਸਿਸਟਮ ਜਿਹੜਾ 70-70 ਹਜ਼ਾਰ ਰੁਪਈਆ ਰਿਸ਼ਵਤਾਂ ਲੈਂਦਾ, ਬਲਾਤਕਾਰੀ ਨੂੰ ਧਨਵੰਤ ਸਿੰਘ ਵਰਗੇ ਨੂੰ ਮਾਫ ਕਰਦਾ। ਕੱਲ ਗੁਰਬਚਨ ਸਿੰਘ ਦਾ ਬਿਆਨ ਆਇਆ ਜਹੇਦਰ ਦਾ ਵੀ ਮੈਂ ਤਾਂ ਮਾਫ ਕੀਤਾ ਹੀ ਨਹੀਂ। 15 ਦੀ ਉਹਦੀ ਸਟੇਟਮੈਂਟ ਹੈਗੀ ਹੈ, ਉਹਦਾ ਹੁਕਮਨਾਮਾ ਆ ਵੀ ਸਰਸੇ ਵਾਲੇ ਦਾ ਵਿਵਾਦ ਹੁਣ ਖਤਮ ਹੋ ਗਿਆ। 90 ਲੱਖ ਦੇ ਇਸ਼ਤਿਹਾਰ ਉਸ ਵੇਲੇ ਦੇ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ, ਭੌਰ ਹੁਣਾਂ ਨੇ ਬੜਾ ਉਸ ਵੇਲੇ ਰੌਲਾ ਪਾਇਆ। ਜਿਹੜਾ ਉਹ ਧੱਕਾ ਕਰਨ ਵਾਲੀਆਂ ਧਿਰਾਂ ਕਰਦੀਆਂ ਰਹੀਆਂ, ਇਹਨਾਂ ਦੇ ਅੱਗੇ ਕੋਈ ਖੜਦਾ ਨਹੀਂ, ਅੱਗੇ ਕੋਈ ਬੋਲਦਾ ਨਹੀਂ। ਅੱਜ ਜ਼ਮਾਨਾ ਬਦਲ ਗਿਆ ਆ, ਹੁਣ ਖੜਨ ਵਾਲੇ ਵੀ ਨੇ, ਬੋਲਣ ਵਾਲੇ ਵੀ ਨੇ। ਹੁਣ ਉਹ ਦਾਦੂਵਾਲ ਹੈ ਜਿਹੜਾ, ਹੈ ਤਾਂ ਇੱਕ ਤਰ੍ਹਾਂ ਨਾਲ ਪ੍ਰਚਾਰਕ ਹੈ, ਹੁਣ ਬਰਗਾੜੀ ਵਾਲੇ ਮੋਰਚੇ ਤੋਂ ਬਾਅਦ ਘਰ ਬੈਠਾ ਆ, ਕੋਈ ਬਹੁਤਾ ਪਤਾ ਹੀ ਆਪਾਂ ਨੂੰ ਕਿੰਨੇ ਕੁ ਪ੍ਰੋਗਰਾਮ ਕਰ ਰਿਹਾ। ਅਤੇ ਜਿੱਥੇ ਹੁਣ ਮੈਂ ਆ ਪਿਛਲੇ 3-4 ਸਾਲ ਤੋਂ 20 ਸਾਲ ਤੋਂ ਉਹਨੂੰ ਪਤਾ ਵੀ ਐਡੀਆਂ ਐਡੀਆਂ ਸਟੇਜਾਂ 'ਤੇ ਕੀਰਤਨ ਕਰਦਾ ਹੈ, ਉਹ ਵੀ ਜੈਲਸ ਕਿਤੇ ਨਾ ਕਿਤੇ ਹੈਗੀ ਹੈ। ਸਿੱਖ ਬੁੱਧੀਜੀਵੀ ਬੰਦੇ ਜਿਹੜੇ ਕਿ ਦਸਮ ਗ੍ਰੰਥ ਪੂਰੇ ਦਾ ਪੂਰਾ ਰੱਦ ਕਰ ਚੁੱਕੇ ਆ, ਅੱਜ ਉਹ ਬੰਦੇ ਵੀ ਕਹਿ ਰਹੇ ਆ ਪਰੰਪਰਾਵਾਂ ਨਹੀਂ ਤੋੜਨੀਆਂ ਚਾਹੀਦੀਆਂ। ਅੱਜ ਪਰੰਪਰਾਵਾਂ 'ਤੇ ਸਵਾਲ ਉੱਠ ਰਹੇ, ਜਿਨ੍ਹਾਂ ਨੇ ਇੰਨੇ ਸਾਲ ਪਹਿਲਾਂ ਬੜੀਆਂ ਪਰੰਪਰਾਵਾਂ ਬਣੀਆਂ ਤੋੜ ਕੇ ਰੱਖ ਦਿੱਤੀਆਂ, ਅਤੇ ਅੱਜ ਉਹਨਾਂ ਨੂੰ ਢੱਡਰੀਆਂ ਵਾਲਾ ਭੈੜਾ ਲੱਗਦਾ ਆ। ਜਦੋਂ ਇੰਨਾ ਮਾੜਾ ਢੱਡਰੀਆਂ ਵਾਲਾ, ਅਤੇ ਮੈਂ ਇੱਦਾਂ ਪਾਗਲ ਆ ਜਦੋਂ ਮੇਰੇ ਸਾਹਮਣੇ ਸਬੂਤ ਰੱਖਣਗੇ ਵੀ ਆਹ ਚੱਕ ਤੂੰ ਬੋਲਿਆ ਨਹੀਂ ਦਰਬਾਰ ਸਾਹਿਬ ਨੂੰ ਗਲਤ, ਆਹ ਚੱਕ ਤੂੰ ਅਕਾਲ ਤਖ਼ਤ ਨੂੰ ਗਲਤ ਨਹੀਂ ਬੋਲਿਆ, ਆਹ ਚੱਕ ਤੂੰ ਕਹਿ ਰਿਹਾ ਵੀ ਸਰੋਵਰਾਂ ਦਾ ਫਾਇਦਾ ਕੋਈ ਨਹੀਂ, ਇੱਦਾਂ ਦੇ ਲਫ਼ਜ਼ ਇੱਦਾਂ ਮੇਰੇ ਸਾਹਮਣੇ ਲਿਆ ਕੇ ਰੱਖਣਗੇ, ਮੈਂ ਬੋਲਣ ਜੋਗਾ ਰਹੂੰਗਾ? ਸਾਰੀ ਦੁਨੀਆ ਦੇ ਵਿਖਾ ਦੇਣ ਵੀ ਮੈਂ ਗੁਰੂ ਸਾਹਿਬ ਬਾਰੇ ਅਪ ਸ਼ਬਦ ਕਿਹੜੇ ਬੋਲੇ ਆ। ਸਤਿ ਸ਼੍ਰੀ ਅਕਾਲ, ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆਂ, ਮੈਂ ਹਾਂ ਨਵਨੀਤ ਸਿੰਘ ਵਧਵਾ। ਪਿਛਲੇ ਕਈ ਦਿਨਾਂ ਤੋਂ ਇੱਕ ਚਰਚਾ ਛਿੜੀ ਹੋਈ ਹੈ, ਚਰਚਾ ਪੰਥ ਨੂੰ ਲੈ ਕੇ, ਔਰ ਜਦੋਂ ਗੱਲ ਪੰਥ ਦੀ ਹੋਏ ਤਾਂ ਚਰਚਾ ਹੋਣੀ ਵੀ ਚਾਹੀਦੀ ਔਰ ਉਹ ਤਰਕਾਂ ਦੇ ਨਾਲ, ਔਰ ਇਹ ਤਰਕ ਜਦੋਂ ਦਿੱਤੇ ਜਾਂਦੇ ਨੇ ਤਾਂ ਕਈ ਵਾਰੀ ਚੁੱਭਦੇ ਵੀ ਨੇ। ਅੱਜ ਜਿਹੜੇ ਮਸਲੇ 'ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਉਹ ਮਸਲਾ ਬੇਹੱਦ ਸੈਂਸਿਟਿਵ ਕਹਿ ਲਈਏ ਜਾਂ ਕਹਿ ਲਈਏ ਕਿ ਚੂੰਕਿ ਪੰਥ ਨਾਲ ਜੁੜਿਆ ਮਸਲਾ ਹੈ ਅਤੇ ਚਰਚਾ ਕਰਨੀ ਲਾਜ਼ਮੀ ਵੀ ਹੈ। ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਾਡੇ ਨਾਲ ਨੇ, ਭਾਈ ਸਾਹਿਬ ਜੀ ਬਹੁਤ ਬਹੁਤ ਜੀ ਆਏ ਤੁਹਾਡਾ ਲਿਵਿੰਗ ਇੰਡੀਆ ਨਿਊਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਵਿਵਾਦ ਹੈ, ਵਿਵਾਦ ਹੈ। ਹਾਂਜੀ, ਵਿਵਾਦ ਕਈ ਵਾਰੀ ਐਂ ਲੱਗਦਾ ਜਿਵੇਂ 84 ਨੂੰ ਕੋਈ ਦੰਗਾ ਕਹਿੰਦਾ। ਹਾਂਜੀ, ਮੈਂ ਇੱਕ ਚੀਜ਼ ਤੁਹਾਡੇ ਤੋਂ ਸਮਝ ਨਹੀਂ ਚਾਹ ਰਿਹਾ ਕਿ ਲੰਬੇ ਸਮੇਂ ਤੋਂ ਇਹ ਚਰਚਾ ਸੀ ਕਿ ਤਰਕ ਦੇ ਆਧਾਰ 'ਤੇ ਕਿਉਂ ਜਾਂ ਭਾਈ ਸਾਹਿਬ ਜੀ ਨੇ ਇਹ ਕਿਉਂ ਕਹਿਤਾ, ਪਰ ਜਦੋਂ ਇਹ ਗੱਲ ਇੰਨੀ ਸਾਰੀ ਅੱਗੇ ਵੱਧ ਗਈ ਫਿਰ ਅਜਿਹਾ ਫੈਸਲਾ ਕਿਉਂ ਦੀਵਾਨ ਛੱਡਣ ਦਾ? ਨਹੀਂ, ਉਹਦੀ ਪ੍ਰੋਬਲਮ ਇਹ ਹੈ ਜੀ ਕਿ ਉਹ ਜਿਹੜੇ ਲੋਕ ਨੇ ਉਹ ਵਿਚਾਰ ਨਹੀਂ ਕਰਨਾ ਚਾਹੁੰਦੇ, ਉਹਨਾਂ ਦਾ ਮਕਸਦ ਹੈਗਾ ਆ ਕਿ ਪ੍ਰੋਗਰਾਮ ਰੋਕੇ ਜਾਣ। ਹੁਣ ਇਰੀਟੇਟ ਹੋ ਰਹੇ ਆ ਆਪਾਂ, ਜਦੋਂ ਵੀ ਕੋਈ ਇੱਦਾਂ ਦੀ ਮਜਬੂਰੀ ਬਣੇਗੀ, ਕਿਸੇ ਉੱਤੇ ਵੀ ਕੋਈ ਅਟੈਕ ਹੋਏਗਾ ਅੱਜ ਦੇ ਹਿਸਾਬ ਨਾਲ, ਤਾਂ ਅਸੀਂ ਕਾਨੂੰਨ ਦੇ ਕੋਲ ਹੀ ਜਾਣਾ, ਪੁਲਿਸ ਕੋਲ ਹੀ ਜਾ ਸਕਦੇ ਹਾਂ। ਹੁਣ ਜੇ 50,000 ਬੰਦੇ ਨੇ ਦੀਵਾਨ ਵਿੱਚ ਆਉਣਾ ਤਾਂ ਸਕਿਉਰਿਟੀ ਘੱਟ ਤੋਂ ਘੱਟ 2-3 ਹਜ਼ਾਰ ਬੰਦਾ ਲੱਗੇਗਾ, ਠੀਕ ਹੈ ਜੀ। ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ, ਇਸ ਕਰਕੇ ਮੈਨੂੰ ਲੱਗਦਾ ਕਿ ਅਸੀਂ ਪ੍ਰੋਗਰਾਮ ਇੱਕ ਕੀਤਾ, ਉਹ ਖੜ੍ਹੇ ਰਹੇ, ਉਹਨਾਂ ਨੂੰ ਅੰਦਰ ਬੰਦ ਰੱਖਿਆ। ਦੂਸਰਾ ਪ੍ਰੋਗਰਾਮ ਫਿਰ ਕੀਤਾ ਉਹਨਾਂ ਨੂੰ, ਉਹਨਾਂ ਨੇ ਕਿਹਾ ਸਾਨੂੰ ਗ੍ਰਿਫਤਾਰ ਕਰ ਲਓ, ਅਤੇ ਉਹਨਾਂ ਚਿਰ ਢੱਡਰੀਆਂ ਵਾਲੇ ਦੇ ਦੀਵਾਨ ਨਹੀਂ ਰੁਕਣੇ ਜਿੰਨਾ ਚਿਰ 2-4 ਬੰਦੇ ਤੁਸੀਂ ਮਾਰਦੇ ਨਹੀਂ, ਜਿੰਨਾ ਚਿਰ ਬੰਦੇ ਨਹੀਂ ਮਰਦੇ ਦੀਵਾਨ ਨਹੀਂ ਰੁਕਣੇ। ਹੁਣ ਮੈਨੂੰ ਪਤਾ ਹੈ ਕਿ ਹੁਣ 10 ਦਿਨ ਦੇ ਵਿੱਚ ਉਹ 2 ਵਾਰ ਪ੍ਰੋਗਰਾਮ ਹੋਏ, ਉਹ ਬੰਦੇ ਰੋਕੇ ਜਾ ਰਹੇ ਆ ਵਾਰ ਵਾਰ, ਤੀਜੀ ਵਾਰੀ ਉਹ ਫਿਰ ਆਉਣਗੇ, ਉਹ ਹੋਰ ਇਰੀਟੇਟ ਹੋ ਕੇ ਉਹਨਾਂ ਨੇ ਬੈਰੀਅਰ ਭੰਨਣੇ ਨੇ। ਚੌਥੀ ਵਾਰ ਹੁਣ 15 ਦਿਨ ਘਰ ਬਾਰ ਛੱਡ ਕੇ 50 ਬੰਦੇ ਬੈਠੇ ਹੈ ਅਤੇ ਰੌਲਾ ਪਾ ਰਹੇ ਹੈ, ਤਾਂ ਇਰੀਟੇਟ ਹੋਏ ਬੰਦੇ ਉਸ ਵੇਲੇ ਹਾਈਪਰ ਹੋ ਕੇ ਕਿਸੇ ਵੀ ਇੱਕ ਪੁਲਿਸ ਮੁਲਾਜ਼ਮ ਨੂੰ ਕਿਸੇ ਨੂੰ ਕੋਈ ਚੋਟ ਪਹੁੰਚ ਗਈ ਜਾਂ ਵੱਟੇ ਚੱਲ ਪਏ ਕੁਛ ਹੋ ਗਿਆ, ਹੁਣ ਅਗਲਿਆਂ ਨੇ ਮੈਨੂੰ ਥੋੜ੍ਹਾ ਪੁੱਛਣਾ ਵੀ ਗੋਲੀ ਚਲਾਈਏ ਕਿ ਨਾ ਚਲਾਈਏ। ਹੁਣ ਜੇ ਕਿਤੇ ਗੋਲੀ ਚੱਲ ਪਈ, ਕੁਛ ਵੀ ਨੁਕਸਾਨ ਹੁੰਦਾ ਆ, ਤਾਂ ਮੇਰਾ ਮੰਨਣਾ ਇਹ ਹੈ ਵੀ ਅੱਜ ਚਾਹੇ ਉਹਨਾਂ ਦਾ ਬੰਦਾ ਹੈ ਚਾਹੇ ਸਾਡਾ ਬੰਦਾ, ਕਿਸੇ ਕਾਰਨ ਕਰਕੇ ਵੀ ਕਿਸੇ ਦੀ ਵੀ ਜਾਨੀ ਸਾਡਾ ਨੁਕਸਾਨ ਨਹੀਂ ਹੋਣਾ ਚਾਹੀਦਾ। ਉਹ ਹਾਲਾਤਾਂ ਨੂੰ ਵੇਖਦਿਆਂ ਜੋ ਬਣੇ ਸੀ, ਮੈਂ ਸਾਰੇ ਆਪਣੇ ਜਿੰਨੀਆਂ ਸਟੇਜਾਂ ਪ੍ਰੋਗਰਾਮ ਸੀ ਸਾਰੇ ਦੇ ਸਾਰੇ 6 ਮਹੀਨੇ ਦੇ ਅਗਲੇ ਮੈਂ ਰੱਦ ਕੀਤੇ ਆ। ਨਹੀਂ, ਮੈਂ ਉਹੀ ਸਮਝਣਾ ਚਾਹ ਰਿਹਾ ਭਾਈ ਸਾਹਿਬ ਜੀ ਕਿ ਉਹ ਤਾਂ ਇਹੀ ਚਾਹੁੰਦੇ ਸੀ ਦੀਵਾਨ ਨਾ ਹੋਣ, ਸਟੇਜਾਂ ਨਾ ਲੱਗਣ, ਮਾਝੇ ਤੋਂ ਸ਼ੁਰੂਆਤ ਹੋਈ, ਹੁਣ ਤੁਸੀਂ ਬਿਲਕੁਲ ਬੰਦ ਕਰ ਦਿਓਗੇ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਉਹ ਤਾਂ ਕਾਮਯਾਬ ਹੋ ਗਏ? ਨਹੀਂ, ਉਹ ਉਹਨਾਂ ਨੂੰ ਲੱਗਦਾ ਨਾ, ਹੁਣ ਜੇ ਆਪਾਂ ਵੇਖੀਏ ਇਤਿਹਾਸ ਵੱਲ ਤਾਂ ਜੇ ਸਾਰਾ ਕੁਛ ਅਸੀਂ ਸਟੇਜ ਨੂੰ ਸਮਝਦਾ ਮੈਂ ਫਿਰ ਤਾਂ ਉਹ ਕਾਮਯਾਬ ਨੇ, ਪਰ ਜੇ ਮੇਰਾ ਸਾਰਾ ਕੁਛ ਮੇਰੀ ਸੋਚ ਹੈ ਫਿਰ ਉਹ ਕਾਮਯਾਬ ਨਹੀਂ, ਕਿਉਂਕਿ ਸੋਚ ਮੇਰੇ ਕੋਲ ਹੈ, ਸਟੇਜ ਗਈ ਹੈ। ਕਈ ਬੰਦੇ ਕਹਿੰਦੇ ਹੈ ਮੇਰਾ ਪਰਿਵਾਰ ਹੀ ਮੇਰੇ ਲਈ ਸਾਰਾ ਕੁਛ ਹੈ, ਠੀਕ ਹੈ ਜੀ। ਅਗਲਾ ਕਹਿੰਦਾ ਇਹਦਾ ਪਰਿਵਾਰ ਗਿਆ ਤਾਂ ਇਹ ਬੰਦਾ ਖਤਮ ਹੈ। ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਉਹਨਾਂ ਲਈ ਸਾਰਾ ਕੁਛ ਹੈ? ਨਹੀਂ, ਉਹਨਾਂ ਨੇ ਕਿਹਾ ਬੱਚੇ ਸ਼ਹੀਦ ਹੋ ਗਏ, ਅਨੰਦਪੁਰ ਛੁਡਾ ਦਿੱਤਾ, ਵੱਡੇ ਵੀ ਚਲੇ ਗਏ, ਅਤੇ ਬਸ ਸਾਰਾ ਕੁਝ ਖਤਮ ਹੈ। ਉਹ ਕਹਿੰਦੇ ਨਹੀਂ, ਜਿੰਨਾ ਚਿਰ ਮੇਰੀ ਸੋਚ ਮੇਰੇ ਕੋਲ ਹੈਗੀ ਹੈ ਤਾਂ ਸਾਰਾ ਕੁਛ ਹੈਗਾ, ਅਸੀਂ ਉਹਨਾਂ ਦੇ ਬੱਚੇ ਹਾਂ, ਉਹਨਾਂ ਤੋਂ ਸਿੱਖੇ ਹਾਂ, ਜਿਹੜੀ ਗੱਲ ਸਹੀ ਹੈ ਉਹਦੇ ਵਾਸਤੇ ਅਸੀਂ ਸਟੈਂਡ ਕਰਦੇ ਹਾਂ, ਅਤੇ ਆਪਣੀ ਗੱਲ ਤਾਂ ਮੈਂ ਪ੍ਰਚਾਰ ਬੰਦ ਕੀਤਾ,
मैं स्टेज बंद की है, प्रचार तो नहीं मैं बंद किया। अच्छ भी देखो थोड़े सामने उही गल उस लहजे च उस तरीके मैं कर रही जी। गल तुम कह रहे हो संत रणजीत सिंह टडरिया तो लैके प्रचारक तक का सफर, वो एक पदवी कह लो या कह लो कि जो एक रुतबा, उस तो बाद प्रचारक के तौर पर पिछले 7 साल तो लगभग लगातार प्रचार कर रहे हो, थोनू लगता नहीं कि कई बार वो चीज़ा चंगी सी जे उन्होंने ही रले लेंदे, जे उस हिसाब न चलते रहेंगे तो बेहतर होंगे? हाँ जी बिल्कुल जी, जे कोई बंदा अच्छ किसी बड़े गैंग दे विच्चों भी निकलेगा ना, किसी माफिया दे विच्चों निकलेगा, कुछ ड्रग माफिया दे विच्चों निकलेगा, तो सुनिया भी जिहड़ा बंदा एक बार उहदे च वड़ जांदा वापस नहीं निकल सकदा, जे निकलेगा तो उहदे नाल दिया नहीं मार देना। इस तरह मैनू ये लगता भी सेम मेरे नाल भी होया, ये घट तो घट बाबे साढ़े लुट के खाने वाले माफिया तो किसी गलों घट नहीं। तुसीं एक गल देखो वीर जी, भी तुसी नशा नहीं कर सकते, नशा भंग तो नशा ही है, ईवन के अमेरिका दे विच बहुत स्टेटां दे विच भंग बैन है, बैन लीगल है किते, वो किते किते किसी किसी स्टेट विच बड़ी परमिशन दे के बड़ी महंगी मिलती है, तो नशा तो माड़ा ही माड़ा है, पर धर्म धर्म का बाणा पा के तुसी नशा पियो तो पियाओ, वो अगला कहिंदा चलो जी बाबा जी की मस्ती चोले वाले ने पीता, जे तुसी बाहर पी रहे हो तो तुसी नछेड़ी हो, नछेड़ी का लेवल लगना सारे पिंड ने कहना नछेड़ी नछेड़ी, पर जे चोला पा के तुसी उही नशा कर रहे हो तो तुहानू नाम दियां लोरां। अच्छा जे तुसी उदा किसी गुंडागर्दी करते फिरते हो, झगड़ा करते फिरते हो, तुसी गुंडे हो, पर जे तुसी बाणे दा पाल पा के उही काम करोगे, लोगों मारो कुटो, किसी गरीब नाई की दुकान बंद करन चले जाओ, किसी दो जने बैठे लड़का लड़की बैठे है तो उन्होंने फड़ के कुट दियो, यह जहा कुछ करो, कर तुसी गुंडागर्दी ही रहे हो, पर हुण तुसी चोला पा लिया बाणा पा लिया, हुण अगला कहिंदा वो गुंडे नू अगला सूरमा योधा बहादुर सूरबीर कहिंदा। इस तरह जदों तुसी बाणा पाल के ये कुछ करते हो तो तुहानू सूरमे योधे गिणिया जाता है जो ये करते हैं। पर उस सवाल वड्डा भी है कि 7 साल पहला तुसी भी उन्हां दे नाल रहे, बस उही उस वेले कई बार ये सवाल उठते हैं कि उस वेले थोनू ये सारी चीज़ां याद क्यों नहीं आई? नहीं बिल्कुल उहदे विच रहा, मतलब एक बेनती नूं ध्यान च समझियो, जिहड़े बंदे मैनू जाणदे ने असीं इत्थे 100-100 पाठ रख के लड़ियां नहीं चलाईयां पहले दिन तो, मैं जिस दिन तो इस फील्ड में आया मैं उस वेले 16 साल दा जदों मैं प्रचार कर रहा, बहुत छोटा सी मैं उस दिन तो लैके 99 तो हुण तक 21 साल विच मेरे अगे संगत नहीं घटी, मैनू सुनने वाले बहुत प्यार नाल मैनू सुनदे रहे। यही तकलीफ है उस वेले भी सी, नहीं अज भी यही तकलीफ, अज भी यही तकलीफ है, वड्डी प्रॉब्लम यह है सुनने वालियां दी गिणती जिहड़ी आ उह नहीं घटी, चाहे मैं उधर सी चाहे मैं इधर हाँ, तो करके जिहड़ा मैं उस वेले इदां दा कुछ नहीं किया, विरोध करन वाले दी गिणती घटी है वधी है, विरोध करने वाले हुण ये विरोध कर रहे हैं जी, हुण पब्लिक तो सगों यंग जनरेशन ज़्यादा, जे पुराने दीवान सुनोगे मेरे अज तो 5 साल पहला उदों मैं जवान सी 20 साल का सी 25 साल का सी, उदो मेरे अगे बुढ़े बैठते जवान बैठे नहीं, हुण मैं 37 साल का हो चलिया तो मेरे अगे बहन वाले जिहड़े 18 तो लैके 40 साल तक दे सारे नौजवानों की गिणती मैनू ज़्यादा सुन रही है। मतलब तुसीं कहना चाह रहे हो कि जिवें एक कंप्यूटर या मोबाइल नूं भी अपग्रेड करना पैंदा, अपने आप नूं भी अपडेशन की लोड़ हैगी, जो 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 गल तुसीं कह रहे हो बार बार। मेरे गुरु साहब कहिंदे कि साहिब मेरा नीत नवा नित नवा, मतलब कुदरत दा सिस्टम है जिहड़ा नित नवा, नित नवें पत्ते आउणे ने, बॉडी दे हर सैल रोज़ नवे आउंदे ने, नवें नवें विचार आउणे सुभाविक गल है नैचुरल है, ते तुसी नवें तो नवां समझना सीखना बड़ा जरूरी हुंदा। साडे गुरु साहब ने जिहड़ियां पुरातन परंपरावां बन चुकियां सी समाज दे विच वड़ गईयां सी, लोकां दे लोकां नूं जकड़ लिया सी, ते गुरु साहब ने बड़ी तकरारी चोट कीती उहनां दे उत्ते आ के, गुरु साहब कहिंदे पिंगलिओ तुरो, तुसीं तां रुक गए खड़ गए, फिर पिंगल परबत पार परे खल चतुरब कीता, पिंगलिआं ने पहाड़ चढ़े, मतलब जिहड़े रुके हुए लोग सी उह तुरे, दिमाग चलाउण दी तां गल कीती गुरु साहब ने। तुसीं जिहड़ी गल कह रहे हो ना, मैं उही चीज़ समझ नहीं चाह रहा कि तुसी कह रहे हो अपडेट हो जाओ, तुसी कह रहे हो कि तर्क की गल करो, पर थोनू नहीं लगता कि उन्होंने भी यही लग रहा कि जो तर्क की गल करांगे तो उन्होंने तो दुकाना बंद हो जाएगियां? हाँ विश्वास जिहड़ा आ, जिवें हुण पढ़े लिखे जिहड़े वीर साडे कई हैगे आ, मैं डिबेट्स सुनियां ने, कहिंदे टडरियां वाला तर्क करदा, तरकली तर्क नहीं विश्वास बड़ा जरूरी हुंदा। मेरा मनना यह है कि विश्वास तो पहलां विचार करो, विचारना है जे विचारो, कोई चीज़ खरीदनी है उहदा गलत ठीक सारा पक्ष विचारो, कोई रिश्ता करना छानबीन आपां लफज वरत लीए छानबीन करो,
ਵਿਚਾਰ ਕਰੋ, ਉਹਦੇ ਵਿੱਚ ਗਲਤ ਅਤੇ ਤਰਕ ਹੋਣੀ ਹੈ, ਠੀਕ ਅਤੇ ਭਰੋਸਾ ਬੱਝਣਾ। ਅਸੀਂ ਕਹਿੰਦੇ ਹਾਂ ਸਹੀ ਚੀਜ਼ 'ਤੇ ਵਿਸ਼ਵਾਸ ਕਰੋ, ਗਲਤ ਜਿਹੜੀਆਂ ਗੱਲਾਂ ਨੇ ਉਹਦੇ 'ਤੇ ਤਰਕ ਕਰੋ। ਇਹ ਹੁਣ ਮੇਰੇ 'ਤੇ ਇਲਜ਼ਾਮ ਹੈ ਵੀ ਇਹ ਤਰਕ ਕਰਦਾ ਹੁਣ ਗੁਰ ਅਸਥਾਨ ਨੂੰ। ਮੈਂ ਗੁਰ ਅਸਥਾਨਾਂ 'ਤੇ ਸਵਾਲ ਤਾਂ ਤੁਸੀਂ ਖੜ੍ਹੇ ਕੀਤੇ ਨਾ, ਉਹ ਜਿਹੜਾ ਪੁੱਤਰ ਦੀ ਦਾਤ ਵਾਲੀ ਗੱਲ ਆਈ, ਉਹ ਇੱਕ ਉਹਨੂੰ ਮੈਂ ਵਿਵਾਦ ਕਹੂੰਗਾ ਕਿ ਉਹ ਜਿਹੜਾ ਇੱਕ ਵਿਵਾਦ ਆਇਆ ਉਹ ਤਾਂ ਸ਼ੁਰੂ ਹੀ ਤੁਹਾਡੀ ਗੱਲ ਕਿਸ ਤਰ੍ਹਾਂ, ਜਿਵੇਂ ਪੁੱਤਰ ਦੀ ਦਾਤ ਜਿਹੜਾ ਤੁਸੀਂ ਬੇਰੀ ਸਾਹਿਬ ਨੂੰ ਲੈ ਕੇ ਕਿਹਾ, ਜਿਹੜਾ ਸਰੋਵਰ ਸਾਹਿਬ ਨੂੰ ਲੈ ਕੇ ਕਿਹਾ। ਨਹੀਂ ਨਹੀਂ, ਇਹ ਬਕਵਾਸ ਹੈ, ਮੇਰੀ ਸਟੇਟਮੈਂਟ ਇਦਾਂ ਦੀ ਹੈ ਨਹੀਂ, ਇਹ ਬਣਾਈ ਗੱਲ। ਉਹਦੇ ਤੇ ਵਿਵਾਦ ਕਿਉਂ? ਇਹੀ ਤਾਂ ਪੁੱਛ ਰਿਹਾ ਮੈਂ ਹੁਣ ਇਹਨਾਂ ਨੂੰ ਕਿਹਾ ਵੀ ਜਦੋਂ ਤੁਸੀਂ ਚੈਨਲਾਂ ਤੇ ਬੈਠ ਕੇ ਕਹਿੰਦੇ ਹੋ ਢੱਡਰੀਆਂ ਵਾਲੇ ਨੇ ਵਿਵਾਦ ਛੇੜੇ, ਹੁਣ ਮੇਰੇ ਸਾਹਮਣੇ ਚੈਨਲ ਤੇ ਆ ਕੇ ਮੈਨੂੰ ਦੱਸੋ ਵੀ ਮੈਂ ਕਿਹੜੇ ਵਿਵਾਦ ਛੇੜੇ। ਇਹ ਗੱਲ ਹੈਗੀ ਵੀ ਹੈ ਕਿ ਬਣਾਈ ਗਈ ਹੈ? ਮਤਲਬ ਮੈਂ ਇਹ ਕਹਿ ਰਿਹਾ ਵੀਰ ਜੀ ਵੀ ਸਰੋਵਰਾਂ ਨੂੰ, ਦਰਬਾਰ ਸਾਹਿਬ ਨੂੰ, ਅਕਾਲ ਤਖ਼ਤ ਸਾਹਿਬ ਨੂੰ, ਬੇਰੀਆਂ ਨੂੰ, ਇਹ ਨਹੀਂ ਹੈਗਾ ਕਿ ਮੈਂ ਮੰਨਦਾ ਨਹੀਂ, ਪਰ ਮੰਨਣ ਵਿੱਚ ਫਰਕ ਹੈ। ਮੰਨਦੇ ਅਸੀਂ ਵੀ ਹਾਂ, ਗੁਰੂ ਸਾਹਿਬ ਨੂੰ ਅਸੀਂ ਵੀ ਮੰਨਦੇ ਹਾਂ, ਗੁਰ ਇਤਿਹਾਸ ਨੂੰ ਵੀ ਮੰਨਦੇ ਹਾਂ, ਅਸੀਂ ਗੁਰਬਾਣੀ ਨੂੰ ਵੀ ਮੰਨਦੇ ਹਾਂ, ਪਰ ਸਾਡਾ ਸੋਚਣ ਦਾ ਜਿਹੜਾ ਨਜ਼ਰੀਆ ਹੈ, ਸਾਡਾ ਪੁਆਇੰਟ ਆਫ ਵਿਊ ਉਹ ਹੋਰ ਤਰ੍ਹਾਂ ਦਾ, ਇਹਨਾਂ ਦਾ ਪੁਆਇੰਟ ਆਫ ਵਿਊ ਹੋਰ ਤਰ੍ਹਾਂ ਦਾ। ਪਰ ਭਾਈ ਸਾਹਿਬ ਜੀ, ਜਿਹੜੀ ਤੁਸੀਂ ਤਰਕ ਦੀ ਗੱਲ ਕਹਿ ਰਹੇ ਹੋ, ਤੁਹਾਨੂੰ ਲੱਗਦਾ ਨਹੀਂ ਕਿ ਸ਼ਾਇਦ ਉਹੀ ਗੈਂਗ ਵੱਡਾ ਹੈ ਅਤੇ ਤਰਕਾਂ ਤੋਂ ਹੀ ਉਹਨਾਂ ਨੂੰ ਇਤਰਾਜ਼ ਹੈ? ਹਾਂਜੀ, ਨਹੀਂ, ਅਸਲ 'ਚ ਹਾਂ, ਉਹਨਾਂ ਨੂੰ ਦੱਸਣਾ ਇਹ ਚਾਹੀਦਾ ਕਿ ਇਹ ਜਿਹੜਾ ਬੰਦਾ ਆ ਢੱਡਰੀਆਂ ਵਾਲਾ, ਇਹ ਸਾਡੇ ਬਾਬਿਆਂ ਦੀਆਂ ਸੁਣਾਈਆਂ ਗੱਪਾਂ 'ਤੇ ਸਵਾਲ ਕਰ ਰਿਹਾ, ਸਾਡੀਆਂ ਬਾਬਿਆਂ ਦੀਆਂ ਬਣਾਈਆਂ ਹੋਈਆਂ ਪੁੱਠੀਆਂ ਸਿੱਧੀਆਂ ਮਰਿਆਦਾਵਾਂ 'ਤੇ ਸਵਾਲ ਕਰ ਰਿਹਾ। 100-100 ਪਾਠ ਰੱਖ ਕੇ 3 ਦਿਨਾਂ ਦੇ ਵਿੱਚ 10 ਲੱਖ ਰੁਪਇਆ ਕਮਾਉਣ ਵਾਲੇ ਜਿਹੜੇ ਢਾਂਚਾ ਸਾਡਾ ਬਣਾਇਆ ਆ, 100-100 ਇਕੱਠਾ ਸੁਣਨ ਵਾਲਾ ਕੋਈ ਵੀ ਨਹੀਂ ਸੁਣਾਉਣ ਰੱਖਣ, 100-100 ਪਾਠ ਰੱਖਿਆ ਹੋਇਆ, ਇਹਦੇ 'ਤੇ ਸਵਾਲ ਕਰ ਰਿਹਾ। ਇਹਨਾਂ ਨੂੰ ਪਤਾ ਵੀ ਜੇ ਅਸੀਂ ਇਹ ਚੀਜ਼ ਪਬਲਿਕ 'ਚ ਲੈ ਕੇ ਜਾਵਾਂਗੇ ਵੀ ਢੱਡਰੀਆਂ ਵਾਲਾ ਸਾਡੇ ਬਾਬਿਆਂ ਬਾਰੇ ਇੱਦਾਂ ਕਹਿੰਦਾ ਆ, ਉਹਨਾਂ ਨੇ ਗੱਪਾਂ ਸੁਣਾਈਆਂ ਆ, ਝੂਠ ਆ, ਗੱਲਾਂ ਗਲਤ ਨੇ, ਉਹਦੇ ਨਾਲ ਲੋਕਾਂ ਨੇ ਕਹਿਣਾ ਫਿਰ ਤਾਂ ਢੱਡਰੀਆਂ ਵਾਲਾ ਠੀਕ ਹੀ ਕਹਿੰਦਾ, ਕਿਉਂਕਿ ਕੋਮਨ ਸੈਂਸ ਰੱਖਣ ਵਾਲਾ ਬੰਦਾ ਇੰਨਾ ਕੁ ਤਾਂ ਸੋਚਦਾ ਹੀ ਹੈ। ਇਹਨਾਂ ਨੂੰ ਲੱਗਦਾ ਵੀ ਗੱਲ ਨੂੰ ਥੋੜ੍ਹਾ ਜਿਹਾ ਵੱਡਾ ਬਣਾਇਆ ਜਾਵੇ, ਅਤੇ ਵੱਡਾ ਬਣਾਉਣ ਵਾਸਤੇ ਲੋਕਾਂ ਦੀ ਸ਼ਰਧਾ ਦਰਬਾਰ ਸਾਹਿਬ ਹੈ, ਅਕਾਲ ਤਖ਼ਤ ਸਾਹਿਬ ਹੈ, ਲੋਕਾਂ ਦੀ ਸ਼ਰਧਾ ਦੇ ਕੇਂਦਰ ਨੇ। ਅਤੇ ਜਦੋਂ ਅਸੀਂ ਕਹਾਂਗੇ ਕਿ ਦਰਬਾਰ ਸਾਹਿਬ ਨੂੰ ਕਹਿੰਦਾ ਹੈ ਵੀ ਇੱਥੇ ਆਉਣ ਦਾ ਕੀ ਫਾਇਦਾ, ਇਹ ਆਮ ਬਿਲਡਿੰਗਾਂ ਨੇ, ਇੱਥੇ ਕਾਹਦੇ ਲਈ ਤੁਸੀਂ ਤੁਰੇ ਫਿਰਦੇ ਹੋ, ਜਦੋਂ ਇਹ ਕਹੂਗਾ ਕਿ ਵੀ ਸਰੋਵਰ ਦਾ ਕੋਈ ਫਾਇਦਾ ਤਾਂ ਹੈ ਨਹੀਂ, ਸਰੋਵਰ ਕਿਉਂ ਰੱਖਿਆ ਇੱਥੇ, ਜਾਂ ਅਕਾਲ ਤਖ਼ਤ ਕੀ ਹੈ ਇੱਕ, ਮਤਲਬ ਜਦੋਂ ਅਸੀਂ ਇੱਦਾਂ ਦੀਆਂ ਗੱਲਾਂ ਲੋਕਾਂ 'ਚ ਲੈ ਕੇ ਜਾਵਾਂਗੇ ਤਾਂ ਆਮ ਲੋਕ ਰਾਏ ਸਾਡੇ, ਤੁਸੀਂ ਅਜਿਹੀ ਕੋਈ ਗੱਲ ਨਹੀਂ ਕਹੀ, ਇੱਦਾਂ ਦੀ ਕੋਈ ਗੱਲ ਨਹੀਂ ਕੀਤੀ। ਮੈਂ ਹੁਣ ਪਰਸੋਂ ਵੀਡੀਓ ਕਹੀ, ਵੀਡੀਓ ਪਾਈ ਹੈ, ਮੈਂ ਕਿਹਾ ਮੇਰਾ ਬੱਚਾ ਮੈਨੂੰ ਕਹੂਗਾ ਵੀ ਦਰਬਾਰ ਸਾਹਿਬ ਮੈਨੂੰ ਲੈ ਕੇ ਚੱਲ, ਮੈਂ ਦਰਸ਼ਨ ਕਰਨੇ ਨੇ, ਅਤੇ ਮੈਂ ਜਾਊਂਗਾ, ਮੈਂ ਉਹਨੂੰ ਜਾ ਕੇ ਦੱਸੂਗਾ ਵੀ ਇੱਥੇ ਆਹ ਤਲਾਬ ਉਸ ਵੇਲੇ ਸੀ, ਅਤੇ ਜਿਸ ਵੇਲੇ ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹਨਾਂ ਤਲਾਬਾਂ 'ਤੇ ਬਹਿ ਕੇ ਪਹਿਲਾਂ ਉਹ ਇਸ਼ਨਾਨ ਕੀਤਾ ਉਹਨਾਂ ਨੇ, ਸਵੇਰੇ ਸਾਰੇ ਜਣੇ ਆਉਂਦੇ ਸੀ, ਇਕੱਠੇ ਬੈਠਦੇ ਸੀ, ਕੋਈ ਜਾਤ ਪਾਤ ਲੋਕਾਂ ਦੇ ਆਪਣੇ ਆਪਣੇ ਖੂਹ ਸੀ, ਫਲਾਣੀ ਜਾਤ ਵਾਲਾ ਇੱਥੇ ਨਹਾਊਗਾ, ਫਲਾਣੀ ਜਾਤ ਵਾਲਾ ਇਸ ਖੂਹ 'ਤੇ ਨਾ ਚੜ੍ਹੇ, ਉਹਨਾਂ ਨੇ ਸਾਂਝਾ ਬਣਾ ਦਿੱਤਾ, ਕਹਿੰਦੇ ਆਓ ਸਾਰੇ ਨਹਾਇਆ ਕਰੀਏ, ਸਾਰਿਆਂ ਨੇ ਇਕੱਠੇ ਨਹਾ ਕੇ ਸਵੇਰ ਵੇਲੇ ਆਹ ਬੇਰੀਆਂ ਨੇ ਬੱਚਿਆ, ਇਹਨਾਂ ਬੇਰੀਆਂ ਦੇ ਥੱਲੇ ਬੈਠ ਕੇ ਉਹਨਾਂ ਨੇ ਕਿਹਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀ ਇਸ ਹੋਰ, ਉਹਨਾਂ ਨੇ ਆ ਕੇ ਆਖਿਆ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਏ ਕਰੀ। ਇੰਨਾ ਗੁਰ ਅਸਥਾਨਾਂ ਦੇ ਉੱਤੋਂ ਇਨਕਲਾਬੀ ਲਹਿਰ ਉੱਠੀ। ਮੈਂ ਆਪਣੇ ਬੱਚੇ ਨੂੰ ਸਮਝਾਊਂਗਾ ਇਹਨਾਂ ਬੇਰੀਆਂ ਦੇ ਥੱਲੇ ਬਹਿ ਬਹਿ ਕੇ ਉਹਨਾਂ ਨੇ ਕਿਹਾ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਖਾਹੋ, ਜਿੱਦਾਂ ਦੇ ਕੰਮ ਕਰੋਗੇ ਉਹਦਾ ਫਲ ਮਿਲਣਾ ਆ। ਜੇ ਖਾ ਕੇ ਮੈਂ 10 ਲੱਡੂ ਅਤੇ ਫਿਰ ਮੈਂ ਕਹਾਂ ਮੈਂ ਮਨਾ ਕੇ ਆਵਾਂ ਮੇਰੀ ਸ਼ੂਗਰ ਠੀਕ ਹੋ ਜਾਵੇ, ਇੱਦਾਂ ਨਹੀਂ। ਮੇਰੇ ਪਾਤਸ਼ਾਹ ਨੇ ਇਹਨਾਂ ਬੇਰੀਆਂ ਦੇ ਥੱਲੇ ਬਹਿ ਬਹਿ ਕੇ ਇਹ ਗੱਲਾਂ ਲਿਖੀਆਂ ਨੇ। ਭਾਈ ਤੁਹਾਨੂੰ ਧਿਆਨ ਰੱਖਣਾ ਪੈਣਾ, ਜਿਹਾ ਬੀਜੈ ਸੋ ਲੁਣਾ, ਕਰਮਾ ਸੰਧੜਾ ਖੇਤ, ਲੋੜੈ ਦਾਖ ਬਜੁਰੀਆਂ, ਕਿੱਕਰ ਬੀਜੈ ਜੱਟ, ਜੇ ਬੀਜੋਗੇ ਕਿੱਕਰ ਤੇ ਲੱਗਣੇ ਤਾਂ ਕੰਡੇ ਹੀ ਨੇ। ਸੋ 7 ਸਾਲ ਤੋਂ ਜਿਹੜਾ ਤੁਸੀਂ ਕਰ ਰਹੇ ਹੋ ਲਗਾਤਾਰ, ਤੁਹਾਨੂੰ ਲੱਗਦਾ ਕਿ ਉਹਦਾ ਹੀ ਫਲ ਮਿਲ ਰਿਹਾ, ਜੋ ਲਗਾਤਾਰ ਧਮਕੀਆਂ ਜਾਂ ਜਿਹੜੀ ਗੱਲ ਪਿਛਲੇ ਦਿਨੀ ਤੁਸੀਂ ਕਹੀ ਕਿ ਦੂਜਾ ਨਿਰੰਕਾਰੀ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਕਹਿ ਰਹੇ ਨੇ, ਉਹ ਕਿਉਂ, ਉਹ ਤੁਹਾਨੂੰ ਕਹਿਣੀ ਕਿਉਂ ਪਈ? ਉਹਦਾ ਕਾਰਨ ਇਹ ਹੈ ਜੀ ਕਿ ਜਿਹੜੀਆਂ ਗੱਲਾਂ ਮੈਂ ਸਟੇਜ 'ਤੇ ਸੌਖੇ ਤਰੀਕੇ ਨਾਲ ਪਿੰਡਾਂ ਦੇ ਲੋਕਾਂ 'ਚ ਦੱਸ ਰਿਹਾ, ਉਹਦੇ ਨਾਲ ਬਾਬਿਆਂ 'ਤੇ ਸਵਾਲ ਉੱਠ ਰਹੇ ਹੈ, ਉਹਨਾਂ ਦੀਆਂ ਮਾਰੀਆਂ ਗੱਪਾਂ 'ਤੇ, ਨਾ ਤਾਂ ਕੋਈ ਗੁਰੂ ਸਾਹਿਬ ਦੀ ਨਿਰਾਦਰੀ ਹੋ ਰਹੀ ਹੈ, ਸਤਿਗੁਰੂ ਦੀ ਅਤੇ ਬਾਣੀ ਨੂੰ ਤਾਂ ਮੈਂ ਕਹਿ ਰਿਹਾ ਘਰ ਘਰ ਸਹਿਜ ਪਾਠ ਕਰੋ, ਇਕੱਲਾ ਇਕੱਲਾ ਬੰਦਾ, ਹਰ ਬੰਦਾ ਸਹਿਜ ਪਾਠ ਰੱਖ ਲਓ, ਡਰੋ ਨਾ, ਨੇੜੇ ਜਾਓ, ਆਪ ਪੁੱਥੀਆਂ ਲਿਆਓ, ਘਰ ਘਰ ਰੱਖੋ, ਆਪ ਸਹਿਜ ਪਾਠ ਕਰੋ। ਉਹਨਾਂ ਨੂੰ ਲੱਗਦਾ ਵੀ ਜੇ ਇਹ 5-7 ਸਾਲ ਕਰਦਾ ਰਿਹਾ ਤਾਂ ਸਾਡੇ ਜਿਹੜੇ ਢਾਂਚੇ ਦੇ ਉੱਤੇ ਬਾਬਿਆਂ ਨੇ ਜਿਹੜੀਆਂ ਮਰਿਆਦਾਵਾਂ ਬਣਾਈਆਂ ਨੇ ਉੱਤੇ ਸਵਾਲ ਉੱਠਣਗੇ। ਜਦੋਂ 2-4-50 ਬੰਦੇ ਹਰ ਜਗ੍ਹਾ ਹੀ ਖੜ੍ਹੇ ਹੋ ਜਾਣਗੇ ਤਾਂ ਸਾਡੇ ਲਈ ਆਉਣ ਵਾਲੇ ਸਮੇਂ 'ਚ ਮੁਸ਼ਕਲ ਹੋਣਾ ਆ। ਉਹ ਇਕੱਲਾ ਮੈਂ ਨਹੀਂ ਕਰ ਰਿਹਾ, ਅੱਜ ਜ਼ਮਾਨਾ ਵੀ ਪੜ੍ਹਿਆ ਲਿਖਿਆ ਹੋ ਗਿਆ, ਸੋਸ਼ਲ ਮੀਡੀਆ, ਕਿਤੇ ਕੋਈ ਗੱਪ ਕਹਾਣੀ ਸੁਣਾਉਂਦਾ ਅਗਲਾ ਰਿਕਾਰਡ ਕਰ ਲੈਂਦਾ। ਅੱਜ ਉਹਦਾ ਜਲੂਸ ਨਿਕਲਦਾ ਜਿਹੜਾ ਕਹਿ ਰਿਹਾ ਮਠਿਆਈਆਂ ਲੱਗ ਗਈਆਂ,
ਜਿਹੜਾ ਕਹਿ ਰਿਹਾ ਘੜੇ ਤੋਂ ਚੱਪਣ ਚੱਕ ਲਿਆ ਤੇ ਮੀਂਹ ਪੈ ਗਿਆ, ਉਹ ਜਿਹੜੇ ਰੌਲਾ ਤੁਸੀਂ ਸੁਣਿਆ ਹੀ ਹੈ, ਮਤਲਬ ਅੱਜ ਉਸ ਉਹਨਾਂ ਬੰਦਿਆਂ ਦੀਆਂ ਗੱਪਾਂ ਨੂੰ ਲੋਕੀ ਮਜ਼ਾਕ 'ਚ ਲੈਣ ਲੱਗ ਗਏ। ਕਿੱਥੇ ਇਹੋ ਜਿਹੀ ਸਾਖੀ ਸੁਣ ਕੇ ਅਗਲਾ ਧੰਨ ਧੰਨ ਕਰਦਾ ਸੀ ਵੀ ਕਿੱਡਾ ਵਧੀਆ ਬਚਨ ਸੁਣਾਇਆ, ਹੁਣ ਅਗਲਾ ਕਹਿੰਦਾ ਯਾਰ ਇਹ ਤਾਂ ਬਕਵਾਸ ਹੈ, ਗੱਲਾਂ ਨੇ ਕੋਈ ਕਰਨ ਵਾਲੀਆਂ। ਮਤਲਬ ਇਹਨਾਂ ਨੂੰ ਲੱਗਦਾ ਵੀ ਢੱਡਰੀਆਂ ਵਾਲੇ ਨੇ ਇਹ ਲੋਕਾਂ ਦੇ ਵਿੱਚ ਅਵੇਅਰਨੈਸ ਲਿਆ ਦੇਣੀ ਹੈ, ਸਾਡੇ ਬਾਬਿਆਂ ਦੀਆਂ ਗੱਪ ਕਹਾਣੀਆਂ 'ਤੇ ਆਉਣ ਵਾਲੇ ਸਮੇਂ 'ਚ ਸਵਾਲ ਉੱਠਣਗੇ, ਤਾਂ ਕਰਕੇ ਉਹ ਕਹਿੰਦੇ ਆ ਵੀ ਗੁਰੂ ਨਿੰਦਕ ਹੈ, ਇਹ ਗੁਰੂ ਸਾਹਿਬ ਦਾ ਵਿਰੋਧੀ ਹੈ, ਇਹ ਗੁਰ ਅਸਥਾਨਾਂ ਨੂੰ ਬੰਦ ਕਰਾਉਣਾ ਚਾਹੁੰਦਾ ਹੈ। ਇਹੋ ਜਿਹੀ ਕੋਈ ਗੱਲ ਨਹੀਂ, ਗੁਰ ਅਸਥਾਨਾਂ ਨੂੰ ਮੰਨਦਾ ਪਰ ਮੇਰਾ ਮੰਨਣਾ ਹੋਰ ਤਰ੍ਹਾਂ ਦਾ, ਇਹਨਾਂ ਦਾ ਮੰਨਣਾ। ਹੁਣ ਅਕਾਲ ਤਖ਼ਤ ਸਾਹਿਬ ਜੀ ਬਾਰੇ ਮੈਂ ਪਰਸੋਂ ਵੀਡੀਓ 'ਚ ਵੀ ਬੋਲਿਆ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੇ ਮੈਂ ਆਪਣੇ ਬੱਚੇ ਨੂੰ ਲਿਜਾਊਂਗਾ ਤਾਂ ਮੈਂ ਕਹੂੰਗਾ ਇੱਥੇ ਬਣਾ ਕੇ ਥੜਾ, ਛੇਵੇਂ ਪਾਤਸ਼ਾਹ ਨੇ ਕਿਹਾ ਸੀ ਯਾਰ ਖੁਦ ਮੁਖਤਿਆਰ ਬਣਨਾ, ਉਹ ਚੈਲੰਜ ਕਰਨਾ, ਗੁਰੂ ਸਾਹਿਬ ਨੇ ਸਾਨੂੰ ਆਜ਼ਾਦੀ ਦਿੱਤੀ ਹੈ, ਇਹ ਆਪਣੇ ਬੱਚੇ ਨੂੰ ਸਿਖਾਉਂਗਾ, ਤੇਰੀ ਜ਼ਿੰਦਗੀ ਜਦੋਂ ਸਮਾਂ ਆਇਆ ਤੇ ਤੂੰ ਖੜਨਾ, ਮੇਰੇ ਲਈ ਉਹ ਹੋਰ ਤਰ੍ਹਾਂ ਮੈਂ ਵੇਖਦਾ। ਇਹਦਾ ਮਤਲਬ ਇਹ ਨਹੀਂ ਮੈਂ ਮੰਨਦਾ ਨਹੀਂ, ਮੈਂ ਹੋਰ ਤਰ੍ਹਾਂ ਮੰਨਦਾ, ਇਹ ਹੋਰ ਤਰ੍ਹਾਂ ਮੰਨਦੇ ਨੇ, ਇਹ ਕਹਿੰਦੇ ਹੈ ਉਦਾਂ ਮੰਨ ਜਿੱਦਾਂ ਅਸੀਂ ਮੰਨਦੇ ਹਾਂ, ਬਸ ਪ੍ਰੋਬਲਮ ਇਹਨਾਂ ਦੀ ਇਹ। ਤੁਸੀਂ ਚੈਲੰਜ ਦੀ ਗੱਲ ਕਰ ਰਹੇ ਹੋ ਕਿ ਗੁਰੂ ਸਾਹਿਬ ਨੇ ਉੱਥੋਂ ਮੀਰੀ ਪੀਰੀ ਦਾ ਸੁਨੇਹਾ ਦੇ ਕੇ ਚੈਲੰਜ ਦੀ ਗੱਲ, ਬਿਲਕੁਲ ਚੈਲੰਜ ਤੁਸੀਂ ਵੀ ਦਿੱਤਾ, 72 ਘੰਟੇ ਹੋ ਗਏ ਬਹਿਸ ਦਾ ਚੈਲੰਜ, ਡਿਬੇਟ ਕਰਨ ਦਾ ਚੈਲੰਜ ਤਾਂ ਤੁਸੀਂ ਵੀ ਦਿੱਤਾ, ਕੀ ਨਿਕਲਿਆ ਉਹਦਾ ਹੁਣ ਤੱਕ? ਨਹੀਂ ਅਜੇ ਤੱਕ ਕੁਛ ਨਹੀਂ ਆਇਆ, ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਕਿਹਾ, ਅੱਜ ਇੱਕ ਸਰਚਾਨ ਦਾ ਬਿਆਨ ਆਇਆ, ਦਮਦਮੀ ਟਕਸਾਲ ਦਾ ਬੁਲਾਰਾ ਹੈ, ਪਰ ਉਹ ਅਕਾਲ ਤਖ਼ਤ ਵੱਲੋਂ ਕਿਉਂ ਬੋਲ ਰਿਹਾ? ਮੈਂ ਤਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨਾਲ ਗੱਲ ਕਰ ਰਿਹਾ ਨਾ, ਉਹ ਸਟੇਟਮੈਂਟ ਦੇ ਰਿਹਾ। ਹੁਣ ਮਸਲਾ ਡਿਬੇਟ ਦਾ ਨਹੀਂ ਰਿਹਾ, ਚੈਨਲ 'ਤੇ ਜਾਣ ਦਾ ਨਹੀਂ ਰਿਹਾ, ਵਿਚਾਰ ਵਾਲਾ ਮਸਲਾ ਢੱਡਰੀਆਂ ਵਾਲੇ ਨਾਲ ਹੁਣ ਰਿਹਾ ਹੀ ਨਹੀਂ, ਹੁਣ ਤਾਂ ਪੰਥਕ ਰਵਾਇਤਾਂ ਮੁਤਾਬਕ ਸਜ਼ਾ ਦੇਣੀ ਹੈ, ਇਹਨੇ ਗਲਤੀਆਂ ਕੀਤੀਆਂ ਨੇ, ਮਸਲਾ ਵੱਡਾ ਲੰਘ ਗਿਆ, ਅੱਗੇ ਲੰਘ ਗਿਆ। ਅੱਜ ਤੋਂ 10 ਦਿਨ ਪਹਿਲਾਂ ਅਜਨਾਲੇ ਦੇ ਨਾਲ ਇਹੀ ਸਰਚਾਨ ਸਿੰਘ ਦਮਦਮੀ ਟਕਸਾਲ ਦਾ ਬੁਲਾਰਾ ਇਹ ਜਾ ਕੇ ਉੱਥੇ ਬਰਨਾਲੇ ਨਾਲ ਖੜਾ ਆ, ਉੱਥੇ ਜਾ ਕੇ ਚੈਨਲ ਦੀ ਉੱਥੇ ਬੋਲ ਰਿਹਾ ਆ ਵੀ ਅਜਨਾਲਾ ਕਹਿ ਰਿਹਾ ਵਿਚਾਰ ਨਹੀਂ ਕਰਦਾ, ਅਸੀਂ ਤਾਂ ਵਿਰੋਧ ਕਰ ਰਹੇ ਹਾਂ। ਹੁਣ ਮੈਂ ਕਿਹਾ ਮੈਂ ਹੋ ਗਿਆ ਵਿਹਲਾ, ਮੈਂ ਦੀਵਾਨ ਤਾਂ ਬੰਦ ਕਰਤੇ, ਸਾਰੇ ਪ੍ਰੋਗਰਾਮ ਤਾਂ ਰੋਕਤੇ ਤੁਹਾਡੀ ਵਜ੍ਹਾ ਕਰਕੇ, ਹੁਣ ਮੈਂ ਵਿਹਲਾ ਆ। ਹੁਣ ਜਿਹੜੀਆਂ ਗਲਤੀਆਂ ਤੁਸੀਂ ਚੱਕੀ ਫਿਰਦੇ ਹੋ ਵੀ ਮੈਨੂੰ ਮੇਰੇ ਸਾਹਮਣੇ ਬੈਠੋ, ਸਾਹਮਣੇ ਕਾਹਨੂੰ ਬਹਿਣਾ ਆ? ਤੁਸੀਂ ਜਥੇਦਾਰ ਜੀ ਨੂੰ ਸਾਰੀਆਂ ਰਿਪੋਰਟਾਂ ਦੇ ਦਿਓ, ਜਥੇਦਾਰ ਜੀ ਮੇਰੇ ਸਾਹਮਣੇ ਬੈਠ ਜਾਣਗੇ। ਰਿਪੋਰਟਾਂ ਪਹਿਲਾਂ ਨਹੀਂ ਗਈਆਂ ਹੋਣਗੀਆਂ? ਚਲੀਆਂ ਗਈਆਂ ਨੇ, ਤੁਸੀਂ ਰਿਪੋਰਟਾਂ ਸੇਣ ਦੀ ਗੱਲ ਕਰ ਰਹੇ ਹੋ, 5-ਮੈਂਬਰੀ ਕਮੇਟੀ ਬਣ ਗਈ, ਰਿਪੋਰਟਾਂ ਪਹਿਲਾਂ ਨਹੀਂ ਗਈਆਂ ਹੋਣਗੀਆਂ? 5-ਮੈਂਬਰੀ ਕਮੇਟੀ ਬਣ ਗਈ ਹੈ, 5-ਮੈਂਬਰੀ ਕਮੇਟੀ ਨੇ ਜਿਹੜੀਆਂ ਰਿਪੋਰਟਾਂ ਜਥੇਦਾਰ ਜੀ ਨੂੰ ਸੌਂਪ ਦਿੱਤੀਆਂ ਹੋਣਗੀਆਂ, ਜਥੇਦਾਰ ਜੀ ਉਹਨੂੰ ਭੋਖ ਪੜਤਾਲ ਕਰ ਲੈਣ ਅਤੇ ਇੱਦਾਂ ਅਸੀਂ ਚੈਨਲ ਦੇ ਉੱਤੇ ਬੈਠ ਕੇ ਡਿਬੇਟ ਕਰੀਏ। ਹੁਣ ਉਹਨੇ ਕਿਹਾ ਚੈਨਲਾਂ 'ਤੇ ਜਾਣ ਦੀ, ਸਿੱਖੀ ਦਾ ਜਲੂਸ ਕਿਉਂ ਕਢਾਉਂਦੇ ਆ ਚੈਨਲਾਂ 'ਤੇ, ਜਿੱਦਣ ਢੱਡਰੀਆਂ ਵਾਲੇ ਨੂੰ ਵਿਵਾਦਿਤ ਪ੍ਰਚਾਰਕ ਕਿਹਾ ਜਾ ਰਿਹਾ, ਗਲਤ ਬੋਲਦਾ, ਗੁਰਸਥਾਨਾਂ ਦਾ ਵਿਰੋਧੀ ਹੋ ਗਿਆ, ਦੂਜਾ ਨਿਰੰਕਾਰੀਆ ਹੋ ਗਿਆ, ਇਹ ਗੱਲਾਂ ਚੈਨਲ 'ਤੇ ਕਹੀਆਂ ਤੁਸੀਂ ਮੈਨੂੰ? ਅਤੇ ਹੁਣ ਮੈਂ ਕਹਿ ਰਿਹਾ ਜਿਹੜੀਆਂ ਗੱਲਾਂ ਚੈਨਲ 'ਤੇ ਤੁਸੀਂ 1-2-3 ਸਾਲ ਤੋਂ ਕਰਦੇ ਆ ਰਹੇ ਹੋ, ਡਿਬੇਟਾਂ ਕਰਦੇ ਆ ਰਹੇ ਹੋ, ਮੈਨੂੰ ਗਲਤ ਸਾਬਤ ਕਰ ਰਹੇ ਹੋ ਆਮ ਪਬਲਿਕ ਦੇ ਵਿੱਚ, ਅਤੇ ਉਹੀ ਗੱਲਾਂ ਬਸ ਚੈਨਲ 'ਤੇ ਆ ਕੇ ਦੁਬਾਰਾ ਕਹਿ। ਪਹਿਲਾਂ ਚੈਨਲਾਂ 'ਤੇ ਡਿਬੇਟ ਦੇ ਮੁੱਦੇ ਹੁੰਦੇ ਸੀ, ਸਰਕਾਰਾਂ ਨੇ ਕੀ ਕੀਤਾ ਕੀ ਨਹੀਂ ਕੀਤਾ, ਪਿਛਲੇ 1-1.5 ਸਾਲ ਤੋਂ ਲਗਾਤਾਰ ਪੰਥ ਕਿੱਥੇ ਜਾ ਰਿਹਾ? ਤੁਹਾਨੂੰ ਲੱਗਦਾ ਨਹੀਂ ਕਿ ਜਿਹੜੀ ਜਲੂਸ ਕਢਾਉਣ ਵਾਲੀ ਗੱਲ ਹੈ ਉਹ ਤਾਂ ਹੋ ਹੀ ਰਹੀ ਹੈ? ਹਾਂ, ਪੰਥ ਜਾ ਕਿੱਥੇ ਰਹੇ? ਅਸੀਂ ਆਪ ਜਲੂਸ ਕਢਾ ਰਹੇ ਹਾਂ ਸਾਰਾ ਕਿ ਬਈ ਕਿੱਥੇ ਜਾ ਰਹੇ ਹਾਂ, ਕੀ ਗਲਤ ਹੋ ਗਿਆ, ਕੀ ਸਹੀ ਹੋ ਗਿਆ, ਕੀ ਗਲਤ ਹੈ ਔਰ ਕੀ ਸਹੀ ਰਿਹਾ? ਨਹੀਂ ਵੀਰ ਜੀ, ਇੱਕ ਗੱਲ ਤਾਂ ਸਾਨੂੰ ਕਹਿਣੀ ਪੈਣੀ ਹੈ ਵੀ ਪਿਛਲੇ ਜੇ ਮੈਂ 4 ਸਾਲ ਦਾ ਸਮਾਂ ਦੇਖਾਂ, ਹਮਲੇ ਨੂੰ ਝਗੜਾ ਬਣਾ ਦਿੱਤਾ ਜਾਂਦਾ, ਵੱਡੀ ਧਿਰ ਦੇ ਵਿਰੁੱਧ, ਹਮਲਾਵਰ ਦੇ ਵਿਰੁੱਧ ਜਦੋਂ ਬੋਲਣ ਦੀ ਹਿੰਮਤ ਨਹੀਂ ਨਾ ਹੁੰਦੀ। ਹੁਣ ਦੇਖਿਓ, ਘਰ ਵਾਲਾ ਘਰ ਵਾਲੀ ਨੂੰ ਕਰਦਾ ਪਿਆਰ, ਉਹਨੂੰ ਪਤਾ ਵੀ ਇਹ ਅੜਬ ਵੀ ਹੈ ਅਤੇ ਇਹਨੇ ਰੁੱਸ ਵੀ ਜਾਣਾ ਛੇਤੀ, ਕੁੱਟ ਰਹੀ ਹੈ ਮਾਂ ਨੂੰ, ਹੁਣ ਉਹ ਪਰੇਸ਼ਾਨ ਹੈ ਵੀ ਜੇ ਮੈਂ ਕਿਹਾ ਵੀ ਤੂੰ ਗਲਤ ਹੈ ਤਾਂ ਇਹਨੇ ਛੱਡ ਕੇ ਚਲੇ ਜਾਣਾ, ਇਹਨੇ ਰੁੱਸ ਜਾਣਾ ਮੇਰੇ ਨਾਲ। ਹੁਣ ਉਹ ਆ ਕੇ ਪਤਾ ਕੀ ਕਹਿੰਦਾ, ਦੋਨੇ ਜਣੇ ਚੁੱਪ ਕਰੋ, ਲੜਾਈ ਨਾ ਕਰੋ, ਝਗੜਾ ਨਾ ਕਰੋ, ਮੈਂ ਪਰੇਸ਼ਾਨ ਹਾਂ। ਅਤੇ ਮਾਂ ਕਹਿੰਦੀ ਹੈ ਵੀ ਕੁੱਟ ਤਾਂ ਮੈਨੂੰ ਇਹ ਰਹੀ ਹੈ, ਝਗੜਾ ਮੈਂ ਤਾਂ ਪਾਇਆ ਹੀ ਨਹੀਂ। ਹੁਣ ਹਮਲੇ ਨੂੰ ਝਗੜਾ ਬਣਾਤਾ ਕਿਉਂਕਿ ਉਹਦੇ ਬਾਰੇ ਬੋਲਣ ਦੀ ਹਿੰਮਤ ਹੈ ਨਹੀਂ ਉਹਦੇ 'ਚ। ਜਿਹੜੇ ਬੁੱਧੀਜੀਵੀ, ਜਿਹੜੇ ਪੜ੍ਹੇ ਲਿਖੇ, ਜਿਹੜੇ ਬੰਦੇ ਅੱਜ ਇਹ ਕਹਿ ਰਹੇ ਕਿ ਢੱਡਰੀਆਂ ਵਾਲੇ ਦਾ ਅਤੇ ਇਹਨਾਂ ਦਾ ਝਗੜਾ ਆ, ਛਬੀਲ ਮੈਂ ਨਹੀਂ ਲਾਈ, ਉਹਨਾਂ ਨੇ ਲਾਈ ਹੈ, 6-6 ਗੋਲੀਆਂ ਮਾਰਨ ਦੀ ਧਮਕੀ ਉਹਨਾਂ ਵੱਲੋਂ ਆਈ ਹੈ, ਬੋਰੀ ਦੇ ਵਿੱਚ ਬੰਨ੍ਹ ਕੇ ਮਰਚਾਂ ਵਾਲੀ ਦੇ ਵਿੱਚ ਅਸੀਂ ਸੋਧਾ ਲਾਉਂਦੇ ਹੁੰਦੇ ਹਾਂ, ਉੱਧਰੋਂ ਬੋਲਿਆ ਜਾ ਰਿਹਾ, ਦੀਵਾਨ ਰੋਕਣ ਲਈ ਉਹ ਆ ਰਹੇ ਹੈ, ਅਤੇ ਫਿਰ ਹਮਲਾਵਰ ਧਿਰ ਅਤੇ ਪੀੜਿਤ ਧਿਰ ਨੂੰ ਬਰਾਬਰ ਰੱਖ ਲਿਆ ਜਾਂਦਾ। ਕਿਉਂ? ਕਿਉਂਕਿ ਉਹਨਾਂ ਦੇ ਬਾਰੇ ਬੋਲਣ ਦੀ ਸਾਡੇ 'ਚ ਹਿੰਮਤ ਨਹੀਂ। 2 ਜਣੇ ਝਗੜ ਰਹੇ ਨੇ, ਕਾਹਦਾ ਝਗੜਾ ਯਾਰ? ਆਪਾਂ ਤਾਂ ਹੁਣ ਘਰ ਹੀ ਬਹਿ ਗਿਆ, ਮੈਂ ਤਾਂ ਛੱਡ ਛੁੜਾ ਕੇ ਸਾਰਾ ਕੁਛ ਵੀ, ਝਗੜਾ ਨਾ ਹੋਵੇ। ਜੇ ਲੱਗਦਾ ਵੀ ਢੱਡਰੀਆਂ ਵਾਲੇ ਕਰਕੇ ਕੌਮ 'ਚ ਝਗੜਾ ਹੁੰਦਾ ਤਾਂ ਯਾਰ ਬਾਹਰ ਨਹੀਂ ਨਿਕਲਦਾ, ਜਿਹੜਾ ਕੌਮ ਦੇ ਵਿੱਚ ਸੁਨੇਹਾ ਜਾ ਰਿਹਾ ਝਗੜੇ ਵਾਲਾ। ਹਾਂਜੀ, ਤੁਹਾਨੂੰ ਲੱਗਦਾ ਨਹੀਂ ਕਿ ਕੌਮ ਨੂੰ ਵੀ ਬੜਾ ਦੁਚੱਤੀ 'ਚ ਪਾ ਰਹੇ ਕਿ ਵੀ ਕੀ ਕਰੇ ਔਰ ਕੀ ਨਾ ਕਰੇ? ਨਹੀਂ, ਇੰਨਾ ਤਾਂ ਹਰ ਬੰਦਾ ਸਿਆਣਾ ਹੈ, ਕੋਮਨ ਸੈਂਸ ਨਹੀਂ ਕੰਮ ਕਰਦੀ। ਹੁਣ ਕੱਪੜੇ ਵਾਲੇ ਤਾਂ 20 ਵਾਜਾਂ ਮਾਰਦੇ ਨੇ ਵੀ ਆਹ ਕੱਪੜਾ ਲੈ ਲਓ, ਆਹ ਲੈ ਲਓ, ਆਹ ਲੈ ਲਓ, ਉੱਥੇ ਪਤਾ ਆ ਵੀ ਆਹ ਕੱਪੜਾ ਮੇਰੇ ਲਈ ਠੀਕ ਹੈ, ਗਲਤ ਹੈ। ਲੜਕੀਆਂ ਦੇ ਧੀਆਂ ਦੇ ਰਿਸ਼ਤੇ ਕਰਦੇ ਆ, ਸਾਨੂੰ ਨਹੀਂ ਪਤਾ ਵੀ ਗਲਤ ਠੀਕ ਕੀ ਹੈ।
मैं कह रहा भी इतने चैनल गेट अगे ला लो दवा करो बंदे कट्ठे अपने तो प्रोग्राम करो असी कदे नहीं रोकण वास्ते जाते प्रॉब्लम ही यह पै गई है इन्हां दे वास्ते कि इन्हां नूं पता आ कि लोग सुन रहे हैं अज की जवानी अज की पीढ़ी थोड़ा जिहा सेंस बन दी गल कहिंदा नॉन सेंस गल्लां ना यार करो सेंस बने मैं पढ़ा लिखा किदां गुरबाणी अज वास्ते मैनू की समझाउंदी है मेरे वास्ते मैं एजुकेट किदां होवां हुण मोटीवेशन एदू वधिया की मिलूगा वीर जी मैं स्टेजां ते किन्नी वार बोल चुके हैं भी रब तुहाडे विच है ये कहिंदे ने रब लभना रब खुश करना मैनू गुरु नानक मैनू गुरबाणी इदां समझ लगती है भी बलिहारी कुदरत वसिया ते कुदरत दे विच तू भी है मैं भी हाँ आपां इदां कहिंदे आ ना आपां मैं वीरां नूं ये कहिंदा भी काका तू भी कुदरत च ही आउंदा बाणी ने कुदरत च रब कहा इहदा मतलब रब तेरे विच भी हैगा तू भी उहदी अंश है एक कहना कि रब कित वखरा है एक कहना कि सारा कुछ ही रब है तो वो आप भी आने अपनी जिंदगी के फैसले लो अगला मोटीवेशनल स्पीकर सुनता वधिया वधिया मोटीवेट करने वाले बंदे होण कबीर जी वर्गा मोटीवेट करने वाला कौन है जिहड़ा कहिंदा कहो कबीर राम की अंश रब का रूप यार तू आप ही है गुरु नानक वर्गा मोटीवेशनल कौन हो सकता है जिन्होंने अज की जवानी वास्ते एदू वधिया सुनिया की है कि जिहड़े बच्चे अज सुनना चाहते ने धर्म साडे ते हावी है तो धर्म वाले पास्यों ही उन्होंने मोटीवेट कर दिता जाए जवान नौजवान कहिंदे साडा कम्मां च जी लगता तुसीं सानूं कम्मां च लाया पढ़न वाले पासे साडा मन लगता हुण तुसीं क्या पढ़ाई करो मेहनत करो सेहत का ध्यान आप रखना आपे बीजना तो आपे खाना पैना आ जिहड़ा खाना वह बीजना आप पैना आ कोई इदां दा ढांचा नहीं है अंदर दे रब दी गल कर रहे हो पिछले दिन एक तुसीं वीडियो पाई कि अंदरों बिल्कुल बदल चुके हो उत्तों सिख रह गए कन्वर्जन हो चुके हैं बिल्कुल मैं हुण उहदे ते आ रहा कि वह कन्वर्जन की जिहड़ी गल है जो हालात इस वेले मुल्क दे बने हुए ने नागरिकता सोध कानून आ गया लगातार पूरे मुल्क दे विच विरोध हो रहा है जथेदार साहब कह रहे हैं कि आर एस एस की सोच ठीक नहीं लग रही है मुल्क नूं किहड़े पासे लैके जा रहे ने घट गिणती भाईचारा इत्थे भी सुरक्षित नहीं है हाँ थोड़ा लगता है कि इस वेले बयान दे रहे जथेदार साहब नूं जिहड़ी थोड़ी वाली गल है कि अंदरों किन्ना बदल चुके हैं शायद उहदे ते पड़ताल करन दी लोड़ है और चूंकि उस वेले जदों आप जथेदार साहब ननकाणा साहिब दे साके नूं लैके पाकिस्तान गए हुए ने और वह साका जदों उत्थे भी महंता तो आजाद कराया सी नहीं मैनूं थोड़ी डबल गल हो गई मेरे पूरी गल मैं उही कहना चाह रहा कि जो जो हालात इस वेले मुल्क दे हैगे नागरिकता सोध कानून नूं लैके जथेदार साहब दा बयान है कि आर एस एस धक्का कर रही है घट गिणती भाईचारा सुरक्षित नहीं है ठीक है सोचना पड़ेगा इतने तक बयान ठीक है मैं यह समझना चाह रहा कि हुणे बयान क्यों सिख कौम जिहड़ी लगातार पिछले लंबे समय तो एक कहती आ रही है या बहुत विद्वान कहते आ रहे हैं कि अकाल तख्त साहब या जो साडे नुमाइंदे ने वो आर एस एस की शह ते चल रहे हैं हुण लगता नहीं कि शायद समा बहुत अगे तक लंघ गया नहीं मैनूं लगता कि छवि ठीक करन वास्ते इदां दीआं स्टेटमेंटां आ रही ने किते ना किते जिहड़ा ढांचा हिलिया आ वो जगह अकाल तख्त साहब जी आर एस एस नाल जोड़ के वेख्या जा रहा है पिछले लंबे समय तो भी इतने आर एस एस के बंदे आते जाते हैं जिवें नानक शाही कैलेंडर बनया तो रद्द कर दिता उस वेले दे जेडे सी जोगिंदर सिंह वदंती होनी उन्होंने पीए तक ने कहा भी आर एस एस के बंदे आने शुरू हो गए उन्होंने कहा यार ये लम्मा समा नहीं चलना वक्री साड़ी प्रतीक है वक्री सिख कौम वक्री कौम है तो उस वेले भी रौला पिया सो उस चीज़ नाल जोड़िया जा रहा है उस छवि ठीक करने वास्ते इदां दीआं स्टेटमेंटां जिहड़ियां जथेदार जी तो दवाइयां जा रही ने कौन दवा रहे वो तो दवा जिहड़ियां पार्टियां उत्थे काबज ने वह दवा रही ने एक पासे वह समर्थन भी कर देंदे ने भी असीं इस इदा चीज़ां का समर्थन करदे आ बिल का समर्थन कर देने दूसरे पासे जथेदार जी तो कह के मतलब इधर वाला ढांचा भी ठीक रहे जे इधर वाला नहीं हुण उहदा जमाना बदल गया हुण सारियां चीज़ां क्लीयर आ रही पिक्चरां क्लीयर आ रही एक ही ग्रुप है जिहड़ा एक पासे होर स्टेटमेंट दे रहा दूजे पासे होर स्टेटमेंट पर लगता नहीं कि जो सर्वोच्च संस्था साडी या कह लो कि जो अदारा या आपां सुप्रीम कोर्ट कहने सिखां दा सुप्रीम कोर्ट उहदी जिहड़ी छवि है उहदे ते भी वड्डे दाग नहीं मैं कहूंगा मतलब उहदे ते भी वड्डे सवाल खड़े हो रहे नहीं नाले सवाल है ना जी जिहड़े अज अकाल तख्त साहिब नाल ढड्डरियां वाला मत्था लाउंदा इह लफ्ज़ बोले जांदे आ वी ढड्डरियां वाला इदां कहिंदा नहीं मैं माड़े सिस्टम ते सवाल चुकदा उह सिस्टम जिहड़ा 70-70 हज़ार रुपया रिश्वतां लैंदा बलात्कारी नूं धनवंत सिंह वर्गे नूं माफ़ करदा उह माड़ा सिस्टम उस सिस्टम ते मेरा सवाल है वह माड़ा सिस्टम जिहड़ा एक फोन आउण दे उत्ते सरसे वाले नूं माफ़ कर दिंदा कल गुरबचन सिंह दा बयान आया जहेदर दा भी मैं तां माफ़ कीता ही नहीं 15 दी उहदी स्टेटमेंट हैगी है उहदा हुक्मनामा आ भी सरसे वाले दा विवाद हुण खत्म हो गया 99 लख दे इश्तहार
उस वेले दे श्रोमणी कमेटी वालों दिते गए भौर हुणा ने बड़ा उस वेले रौला पाया। सो मतलब सारा कुछ ये होया आ वो माड़ा करप्ट सिस्टम है। हुण जे अकाल तख्त साहिब जी की बेअदबी की है तो उत्थे दे रहण वाले बंदिया ने उत्थे बहण वाले बंदिया ने की है, असी नहीं की। जे अकाल तख्त साहिब जी नूं माण मर्यादा नूं ढा लई है तां उत्थों दे जिहड़े लोक ने उहनां नूं कहिंदे तुहाडियां गल्लां नाल वी ढा लगदी है जो गल तुसीं बार-बार कहिंदे हो। मैं माड़े सिस्टम नूं नहीं मनदा, मैं माड़े सिस्टम ते सवाल चुक रहा। बस प्रॉब्लम यही है ना वीर जी, अज अगले कहिंदे वी करिए जो मर्जी कोई सवाल ना चुके, बाबा जो मर्जी करे, कब्जे इत्थे करो, बंदे मार दिओ। यार छबील लगी ते माफ़ी क्या मैं मंगा? अज तक यही कहते रहे हो भी तू समझौता कर लै। मैं कहना माफ़ी मंग लवे, समझौता ही समझौता है। साड़ी प्रॉब्लम कहती है कतल है, माफ़ी मंगे आप समझौता कर लें, पर गलत कतल भी वह करूँगा, माफ़ी भी तू मंग लै। मतलब क्या यह जाता है साड़ी? मैं ही कह रहा भी जोड़ा धक्का करने वाली धिरा कर दया रही है, इन्हों के अगे कोई खड़ता नहीं, अगे कोई बोलता नहीं। अज जमाना बदल गया आ, हूँ खड़ने वो भी यही कहें कि जमाना बदल गया, तीन साल तो सरकार बदली है, थोड़े तो टैग कांग्रेस सरकार का हथों कौन का भी उलांदे ने। कौन कलांदे ने? सारे जिहड़े लगातार सवाल चुक रहे, जो मर्जी कही जाण, जे तां उहनां दी स्टेटमेंट है। मेरे वल्लों किसे पार्टी नूं मेरे नाल जोड़ के वेख्या अज तक कदे कोई मैं इदां दी स्टेटमेंट दित्ती है कि मैं फलानी पार्टी दे नाल खड़ा आ, इदां दा अज तक गल ही नहीं होई। उह छबील जिहड़ी है उस वेले लगी सीगी, उदों अकाली सरकार सी, उदों बाद कांग्रेस सरकार आ गई। ये तां इहनां दी मर्जी है, जिधर मर्जी जोड़दे रहण। हुण देखियो सिक्योरिटी लैण वाला सरकारी संत है, ठीक है जी। सूसा डेरे दे उत्ते बाबे हरनाम सिंह ने कब्जा किया होया, टकसाल वाले ने। उत्थे इन्हां दा एक ज्ञानी है बंता सिंह दा भरा जीवा सिंह, बंता सिंह प्रचारक है ना, उहदा एक सक्का भरा जीवा सिंह। हुण उत्थे जीवा सिंह जिहड़ा है उत्थे रहिंदा ते बाहर गेट दे अगे पुलिस ही पुलिस लगी हुई है, रक्षा कर रही है इन्हां दी टकसालियां दी। की हुणे सरकारी हो गए? इह कहिंदे सी कि सरकारी संत है, प्रशासन की हैल्प लैके जो बंदा दवान लाउंदा है वह सरकारी संत है, ठीक है ना जी। हुण सूसा डेरे ते कर लिया कब्जा, पिंड वालियां ने दो साल पहला डेरा देता इन्हां नूं, वी आ चक्को जी तुहाडा। हुण पिंड वाले कहिंदे ने बस करो, ये तो बंदे खराब, कित्थे पाड़ ले असीं, ये तो बंदे लैके तलवारां पैंदे आ मगर साढ़े। हुण पिंड वालियां नूं समझ आ गई, जिवें पहला अगला कहिंदा तन मन धन सब तेरा, जदों अगला वरत लैंदा फिर अगला चीका मारदा। इस तरह हुण उह परेशान ने, उह कहिंदे कित्थे आ बड़े गुंडे ने तां बंदे, ये बाबे थोड़ा ने तो गुंडे ने। हुण वह पिंड वाले अंदर वड़ना चाहते ने, इन्होंने प्रशासन ही प्रशासन लाया होया। फिर मैं हुण की कहां भी टकसाल सरकारी है, टकसाल नूं अज लोड़ की पैगी रक्षा लैण दी? उत्थे अज कैमरे लैके जाओ, सूसां दे डेरे लगी पुलिस दसो, फिर इहदा मतलब सरकारी बंदा हुंदा करे की बंदा? जदों इहो जिहे हालात बण जाण प्रशासन की हैल्प लैनी चाहुंदे ने, अगला इह सरकारी बना दिंदे। मैं हुण अखीर चाहुंदा, कुछ दिन पहलां तुसीं तीन चार सवाल पुछे जथेदार साहब नूं, कविता अपने दीवान मौके, हाँ तीन चार जवाब दियो जथेदार जी, वो किहड़े किहड़े जवाब तुसीं उहनां तों मंग रहे हो? नहीं मेरे हुण कविता तां मेरे याद नहीं हैगी, मेरे ध्यान विच नहीं, पर मैं इदां दे सवाल पुछदा हुंदा भी इन्हां बाबिआं ने अपनियां अपनियां मर्यादावां बणाईआं ने, अपने अपने अमृत तक वंड लए ने। अमृत कौम नूं इक करदा है, इन्हां ने अमृत ही वंड लिया। एक संविधान हुंदा है, अकाल तख्त साहिब दा फर्ज बणदा सी उत्थों दे जथेदारां दा भी जिहड़ा बंदा अकाल तख्त दी मर्यादा नहीं मनदा सी उहदे डेरे नहीं जाणा। संविधान की रक्षा जज नहीं करूंगा तो कौन करूगा? जज जेडे ने उत्थे चार चार घंटे बैठ के सिफतां दे फुल बन के आउंदे ने, बाबियां दे डेरियां च जांदे ने, जांदे ने लफाफे देंदे, लफाफे लैंदे, सरोपे पांदे, सरोपे लैंदे ने, ठीक है जी। उत्थे जा जा के बोलदे ने, मेरा रौला इन्हां नाल इह रिहा वी अकाल तख्त दे संविधान नूं तां यार तुसीं आप बचाणा, तुसीं तां खुद जज है, संविधान नूं आप तोड़ोगे तो मनूगा कौन? हाँ जी, एक वड्डा सवाल होर जिहड़े तुहाडे नाल अज तो चार साल पहला जो बेअदबी दी घटनावां हुई, जो हुणे पूरा मसला उठाया, हाँ जी, उस तो बाद दादोवाल साहब ने भी थोड़े तो सवाल खड़े किए, थोनू लगता कि उन्होंने करने चाहिए सी या जे खड़े किए ने तो क्यों आखिरकार खड़े किए? नहीं वो इस वेले मैनू लगता है जी उन भी है तो बाबा ही है ना, है तो प्रचारक ही है, तो कितने ना कितने एक जैलस भी साडे विच हैगी है, क्योंकि जदों आ बरगाड़ी मोर्चा इन्हां ने दूजी वारी ला लिया उदों असीं बरगाड़ी मोर्चे विच गए हाँ, लगे हुए मोर्चे विच मैं शामिल होया, और अगले दिन असी तीन घंटिया का धरना करता। सानू इन चीज़ों का तजर्बा नहीं, जो तीन घंटे का किया तो ये बंदे जिहड़े पुराने मोर्चे लाउंदे आए आ सारा ग्रुप, ये तो खिड़े हुए खिडारी, असी तो बंदे प्रचार करन वाले आ, असी पिछे हट के भी चलो ये आपे कर लैणगे। मतलब जे हुण इन्हां ने हाईजैक कर लिया वो काम है, हुण सानू की पता भी इन्हां ने पैसा इकट्ठा करन वास्ते की मुड़ के किधर नूं लै जाणा, असी बैक हट गए, इन्हां ने मुड़ के अपना काम शुरू कर लिया। हुण दादूवाल है जिहड़ा है तां एक तरह नाल प्रचारक है, हुण बरगाड़ी वाले मोर्चे तो बाद घर बैठा आ
कोई बहुता पता ही आपां नूं किन्ने क प्रोग्राम कर रहे हैं तो जिथे हुण मैं आ पिछले 3-4 साल तो 20 साल तो पता है भी एडिया एडिया स्टेजा ते कीर्तन करता है वह भी जैलस कित ना कि हैगी है बहाना आ भी ये जी गुरस्थाना बारे बोलता आ ये जी गुरु साहब का वैरी हो गया इदा दिया गल्लां यह जी जैलस है वह जो उस पूरे सिस्टम का हिस्सा तुसी सीगे उस वेले भी कदें नज़र आई कि हुंदी है या शायद उस वेले उन्हें नहीं समझ आया जो बाहर निकले या उन्हों का विरोध किया था उस तो बाद शायद ज़्यादा होगी नहीं वो उस वेले भी जैलस का शिकार था तुसी जे तुहानू लोग ज़्यादा जानते प्यार करते हैं इदा तो तुसी हुंदे ही हो पहले दिन तो पर हुण यह है कि हुण सीधा इन्हां दा विरोध हो गया भी असीं इहनूं खत्म ही करना इहनूं चुप ही करवाउणा इहनूं बंद ही करवाउणा बाकी दे उत्ते दहल भी पवे ते पै भी गया जिहड़े प्रचारक मेरे नालों किते वड्डियां वड्डियां स्टेटमेंटां दे चुके है सिख बुद्धिजीवी बंदे जिहड़े कि दसम ग्रंथ पूरे दा पूरा रद्द कर चुके है अज उह बंदे भी कह रहे हैं परंपरावां नहीं तोड़नियां चाहीदियां अज परंपरावां ते सवाल उठ रहे जिन्हां ने इन्ने इन्ने साल पहलां बड़ियां परंपरावां बणियां तोड़ के रख दित्तियां ते अज उहनां नूं ढड़रियां वाला भैड़ा लगदा है सो मैं तो स्पष्ट कह रहा भी जो मैं गलतियां कीतिया ने जहेदार श्री अकाल तख्त साहब आ जाण चैनल दे उत्ते आके मैनू जो मेरिया गलतियां ने रिपोर्टां अपनियां ले आउण ते जदों ओ कहिंदे ने भी जिहड़ा हैगा आ इहदी की औकात है इहदे बारे मैं ते गलतियां दसण वास्ते आउणा हुण बाबिआं दे डेरे बाबा हरनाम सिंह होणा कोल टकसाल दे विच 4-4 घंटे स्टेज ते बैठदे आ सामने माइक लै के सिफतां दे पुल बनदे आ इत्थे आपां माइक बस इत्थे कलर ते ला लैणा ते आ के मेरियां जिन्नियां गलतियां सच्ची मैं विवादत आ कि सच्ची मैं गलत हाँ मैं फिर पूछांगा भी जी जोतां लाणियां ठीक ने कि गलत ने सिंह साहब जी मैनूं दसो वो दसणगे क्योंकि सिख रहत मर्यादा तो उन्हां दी अकाल तख्त दी है वो कहणगे जी गलत ने फिर मैं कहांगा भी टकसाल लाउंदी है मैं पूछूंगा कुंभ नारियल रखना ठीक है कि गलत है वो अकाल तख्त की मर्यादा पढ़ के सुनाउणगे ना मैं सामने रख लूँगा मेरे संविधान भी वो जिहड़ा अकाल तख्त साहब दा वह कहणगे हाँ जी जोतां रखणियां कुंभ लखणे नारियल साडी मर्यादा नहीं मैं कहूँगा जी टकसाल रखती है अगे अगे दसो गुरु ग्रंथ साहब के बराबर कोई ग्रंथ प्रकाश हो सकता है कर सकते हैं उन्होंने कहना हाँ जी नहीं गुरु ग्रंथ साहब के चवर छत्र तख के मालक केवल तो केवल गुरु ग्रंथ साहब ने मैं कहूँगा जी वह करते हैं सारा कुछ ये करते हैं जो भी अज मर्यादावान तुहाडे संविधान के विरुद्ध विच ने वह सारे दे सारे वह बाबे करते हैं जिन्हां दे तुसी हाथ ठोके बने हो जिन्हां दी जिहड़े शिकायत लैके गए फटाफट सिंह साहब जी ने कमेटी बनाती सिंह साहब नूं खुद पता है कि जदों सूरज प्रकाश की गल आउंदी है मैं स्किप करदा उन्होंने खुद बोलिया भी जिथे कि भी गल इदां दी आ जाती है मैं स्किप कर देना इहदा मतलब विवाद लिखे हुए ने संतोख सिंह ने सूरज प्रकाश ग्रंथ के विच विवाद ने ते मैं छेड़े ने मतलब मैं दसे ने ते मतलब छिड़ गए विवाद छिड़ गए वह हैगे ने ग्रंथां दे विच हुण तुसी स्किप करदे हो गुरु साहब के विरुद्ध लिखिया स्किप क्यों करदे हो फिर हुण चाहीदा की सी जहेदार जी की स्टेटमेंट चाहीदी सी आ आए ने सिंह ढड्डरियां वाला कहिंदे विवाद छेड़दा उहनूं रोको ते ढड्डरियां वाले नूं भी कह दिंदा मैं ते इहनां नूं भी कह दिंदा वी मैं 5 मैंबरी कमेटी बनाती इहनां ग्रंथां ते ते सारे बंदे बंदे बन के चुप कर जाओ तुसीं उहदा विरोध नहीं करना उहनूं भी बेनती है वी सिद्धा हो के गुरबाणी की कथा करिया कर तूं कोई लफ्ज़ इतिहास बारे गल ही नहीं करनी जो पुराणा आ उहनूं तूं छेड़ नहीं सकदा 5 साल का टाइम देंगे आ कमेटी बनाऊगी सही द्वारा ग्रंथ नूं सोधिया जाना जो गलत है कढ़ दांगे आ कमेटी बनने का स्वाद भी आउंदा उन्हां नूं खुद पता है भी जिहड़े ढड्डरियां वाले ने सवाल सूरज प्रकाश के चक्के आ वह सही ने उन्होंने फटाफट मेरे ती कमेटी बनाती तुसीं सवाल भी आप कर ले जवाब भी देते थोड़ा लगता फिर उस तो बाद भी वह डिबेट करन लई आणगे आना चाहिए जी जो एस जी पी सी के मैंबर डिबेट में आके ढड्डरियां वाला विवाद छेड़दा है विवादी है तर्कां करता है गलत बोलता है वह जिहड़ियां मेरियां गलतियां ने सिंह साहब जी चैनल दे उत्ते आके सारी दुनिया के सामने नंगियां कर दें जदों इन्ना माड़ा ढड्डरियां वाला तो मैं इदा पागल हाँ जदों मेरे सामने सबूत रखणगे भी आ चक तू बोलिया नहीं दरबार साहब नूं गलत आ चक तू अकाल तख्त नूं गलत नहीं बोलिया आ चक तू तू कह रहा भी सरोवरां का फायदा कोई नहीं इदा के लफज इदा मेरे सामने लिया के रखणगे मैं बोलण जोगा रहूँगा सारी दुनिया के विखा देन भी मैं गुरु साहब बारे अपशब्द केड़े बोले है गुरु साहब गुरु अस्थाना बारे मैं अपशब्द केड़े बोले हाँ मैं बलियां देने वाला जिहड़ा ढांचा हजूर साहब है तिलक लाने वाला उहदे बारे खुल के बोले हाँ वह मैं मानता हूँ अखीर मैं एक चीज़ समझनी चाहूँगा कि अगे तो प्रचार किवें सोशल मीडिया से परमेश्वर द्वार के दीवान ला के या किवें मतलब लोगों तक हुण जिहड़ी तर्क वाली गल है वह किवें पहुँचेगी हाँ वह अगे हुण विचार कर रहे हैं भी जिन्ने साडे बंदे है हर मंथली असी इतने फस्ट सैचरडे का प्रोग्राम करते हैं पहला शनिवार वो हुण करूँगा इस बार मैं वेखदा भी किदा सारे बंदे आउंदे है
ਉਦੋਂ ਬਾਅਦ ਮੈਂ ਇੱਕ ਵੀਡੀਓ ਪਾ ਕੇ ਛੋਟੀ ਜਿਹੀ ਗੱਲਬਾਤ ਕਰਾਂਗੇ, ਪਲਾਨ ਕਰਾਂਗੇ ਇਹਦਾ। ਹੋ ਸਕਦਾ ਮੈਂ ਕਾਲਜਾਂ ਦੇ ਨੌਜਵਾਨਾਂ ਨੂੰ ਮੈਂ ਸੁਨੇਹਾ ਦਿਆਂ ਵੀ ਆਓ, ਵੀ ਆਪਣਾ ਨਾਮ ਲਿਖਾਓ ਸਾਰੇ ਬੰਦੇ, ਵੀ ਮੈਨੂੰ ਅੱਜ 50 ਜਾਂ 100 ਬੰਚਾ ਇਕੱਠੇ ਹੋਈਏ, ਉਹ ਆਪਣੇ ਸਵਾਲ ਪੁੱਛ ਲੈਣ, ਨਾਲੇ ਤਾਂ ਉਹਨਾਂ ਦੇ ਜਵਾਬ ਮਿਲ ਜਾਣਗੇ, ਨਾਲੇ ਰਿਕਾਰਡਿੰਗ ਹੋ ਜੂਗੀ। ਉਹ ਰਿਕਾਰਡਿੰਗ ਫਿਰ ਅਸੀਂ ਔਨਲਾਈਨ ਪਾ ਦਿਆ ਕਰਾਂਗੇ, ਬਾਕੀ ਸੰਡੇ ਦਾ ਪ੍ਰੋਗਰਾਮ ਕਰ ਸਕਦੇ ਹਾਂ, ਕੁਛ ਨਾ ਕੁਛ ਅੱਗੇ ਜਿਹੜੇ ਜੇ ਲੋਕ ਨੈੱਟ ਦੇ ਉੱਤੇ ਸੁਣਦੇ ਨੇ ਉਹਨਾਂ ਨੂੰ ਤਾਂ ਲਗਾਤਾਰ ਕੁਛ ਨਾ ਕੁਛ ਮਿਲਦਾ ਰਹੂ। ਜਿਹੜੀ ਗੱਲ ਉਹ ਵਿਵਾਦਾਂ ਵਾਲੀ ਆਉਂਦੀ ਹੈ, ਮੈਂ ਹੁਣ ਉਹਦੇ 'ਤੇ ਆ ਰਿਹਾ, ਵਿਵਾਦ 'ਤੇ ਨਹੀਂ ਕੋਈ ਹੋਏਗਾ ਅੱਗੇ, ਵਿਵਾਦ ਇਹਨਾਂ ਲਈ ਤਾਂ ਮੈਂ ਸਾਰਾ ਹੀ, ਇਹਨਾਂ ਲਈ ਤਾਂ ਢੱਡਰੀਆਂ ਵਾਲਾ ਖੁਦ ਹੀ ਵਿਵਾਦ ਹੈ, ਮੈਂ ਹੈਗਾ ਹਾਂ ਤਾਂ ਵਿਵਾਦ ਹੈਗੇ ਨੇ, ਮੈਂ ਮਰ ਮੁਰ ਗਿਆ ਫਿਰ ਭਾਵੇਂ ਕਹਿਣ ਵੀ ਫਿਰ ਮੈਨੂੰ ਫਿਰ ਵੀ ਨਹੀਂ ਵਿਵਾਦ, ਤਾਂ ਮੇਰੇ ਪਿਓਂਦ ਬੰਦੇ ਬਹੁਤ ਹੋ ਚੁੱਕੇ ਨੇ, ਉਹਨਾਂ ਨੇ ਵਿਵਾਦ ਛੇੜੀ ਰੱਖਣੇ ਨੇ। ਪ੍ਰੋਬਲਮ ਇਹਨਾਂ ਲਈ ਤਾਂ ਮੈਂ ਹੀ ਹਾਂ ਵੀ ਇਹ ਬੰਦਾ ਜੇ ਹੈਗਾ ਆ, ਇਹ ਤਾਂ ਇਹਨਾਂ ਨੂੰ ਤਾਂ ਮੇਰੀ ਹਰ ਗੱਲ ਹੀ ਪੁੱਠੀ ਲੱਗਦੀ ਹੈ, ਇਹਨਾਂ ਨੂੰ ਤਾਂ ਮੈਂ ਜੋ ਗੱਲਾਂ ਕਰ ਰਿਹਾ ਦੇਖੋ ਸ਼ੁਰੂ ਹੀ ਇੱਥੋਂ ਹੁੰਦਾ। ਇਹ ਕਹਿੰਦੇ ਨੇ ਰੱਬ ਕਿਤੇ ਹੋਰ ਆ, ਉਹਨੂੰ ਲੱਭਣਾ, ਮੈਂ ਕਹਿੰਦਾ ਰੱਬ ਤੇਰੇ ਵਿੱਚ ਹੈ ਅਤੇ ਤੂੰ ਆਪੇ ਸਾਰਾ ਕੁਛ ਕਰਨਾ, ਇੱਥੋਂ ਹੀ ਵਿਵਾਦ ਹੈ, ਇਦੋਂ ਅੱਗੇ ਹੀ ਹੈ, ਇਦੋਂ ਅੱਗੇ ਫਿਲੋਸਫੀ ਘੜੀ ਜਾਣੀ, ਉਹ ਨਾਰਾਜ਼ ਉਹ ਖੁਸ਼। ਆਪਾਂ ਕਹਿੰਦੇ ਤੂੰ ਆਪਣੇ ਆਪ ਨੂੰ ਖੁਸ਼ ਕਰ ਕੰਮ ਕਰਨ ਵਾਸਤੇ, ਨਾਰਾਜ਼ ਨਾ ਹੋ, ਜਿਹੜਾ ਕੰਮ ਕਰਨਾ ਉਹਦੇ ਲਈ ਤੂੰ ਲੱਤਾਂ ਜਾਂ ਘੜੀਸਦਾ ਨਾ, ਚਲ ਬੰਦਿਆਂ ਵਾਂਗੂ ਤੁਰਿਆ ਕਰ, ਕਾਇਮ ਹੋ ਕੇ ਕੰਮ ਸਾਰੇ ਕਰ, ਬਸ ਇੱਥੋਂ ਹੀ ਵਿਵਾਦ ਬਸ ਵਿਵਾਦ ਇੱਥੋਂ ਹੀ ਸ਼ੁਰੂ ਹੋਇਆ ਔਰ ਵਿਵਾਦ ਅਜੇ ਅੰਤ ਤੱਕ ਪਤਾ ਨਹੀਂ। ਮੈਂ ਅਜਨਾਲੇ ਹੁਣਾਂ ਨੂੰ ਇੱਕ ਬੇਨਤੀ ਚੈਨਲ ਦੇ ਰਹੀ ਵੀ ਮੈਂ ਅਮਰੀਕ ਸਿੰਘ ਅਜਨਾਲੇ ਨੂੰ ਵੀ ਕਿਹਾ ਆ, ਉਹ ਵੀ ਡਿਬੇਟ ਕਰੇ ਮੇਰੇ ਨਾਲ, ਜਹੇਦਾਰ ਜੀ ਨੂੰ ਤਾਂ ਮੈਂ ਉਹਦੇ ਘਰੇ ਗੱਤਕਾ ਖੇਡੋ ਆ ਕੇ ਵੀ ਉਹ ਤਾਂ ਮੈਨੂੰ ਲੱਗਦਾ ਸ਼ਾਇਦ ਫੇਕ ਨਿਊਜ਼ ਨਾ ਹੋਵੇ। ਜਹੇਦਾਰ ਜਿਹੜਾ ਅਜਨਾਲੇ ਦਾ ਬਿਆਨ ਹੈ, ਇੱਦਾਂ ਲਫਜ਼ ਲਫਜ਼ ਚੇਤਾ ਰੱਖਿਓ, ਇੱਦਾਂ ਕਿਹਾ ਜਗ੍ਹਾ ਵੀ ਤੇਰੀ, ਥਾਂ ਵੀ ਤੇਰਾ, ਟਾਈਮ ਵੀ ਤੇਰਾ, ਸਵਾਲ ਵੀ ਤੇਰੇ, ਬਿਲਕੁਲ ਜਵਾਬ ਮੇਰੇ। ਇਹ ਉਹਨਾਂ ਨੇ ਉੱਥੇ ਗਦੜਿਆਣੀ ਮੇਰਾ ਪ੍ਰੋਗਰਾਮ ਰੋਕਣ ਲੱਗਿਆ ਬੋਲਿਆ, ਸਾਡੇ ਚੈਨਲ ਤੇ ਬੋਲਿਆ, ਤੁਹਾਡੇ ਚੈਨਲ ਤੇ ਬੋਲੇ। ਅੱਛਾ, ਹੁਣ ਜਗ੍ਹਾ ਵੀ ਮੇਰੀ ਹੋਊ, ਥਾਂ ਵੀ ਮੇਰਾ ਹੋਊ, ਟਾਈਮ ਵੀ ਮੇਰਾ ਹੋਊ, ਸਵਾਲ ਵੀ ਮੇਰੇ ਹੋਣਗੇ, ਪਰ ਮੈਂ ਉਹਨਾਂ ਨੂੰ ਕਿਹਾ ਤਾਂ ਉਹਨਾਂ ਨੇ ਸਵਾਲ ਵੀ ਤੇਰੇ, ਪਰ ਮੈਂ 50% ਕਰ ਦੇਣਾ, ਸਵਾਲ ਅੱਧੇ ਤੁਹਾਡੇ ਅੱਧੇ ਤੁਹਾਡੇ ਅੱਧੇ ਮੇਰੇ, ਤੇ ਫਿਰ ਜਵਾਬ ਵੀ ਤੁਹਾਡੇ ਵੀ, ਤੇ ਤੁਸੀਂ ਕਿਹਾ ਸੀ ਜਵਾਬ ਮੇਰੇ, ਪਰ ਮੈਂ ਕਹਿੰਦਾ ਜਵਾਬ ਵੀ ਤੇਰੇ ਅੱਧੇ ਅੱਧੇ, ਮੈਂ ਵੀ ਦੇਣ ਨੂੰ ਤਿਆਰ ਹਾਂ, ਮਤਲਬ ਅਸੀਂ ਇੰਨਾ ਕੁ ਤਾਂ ਮੈਂ ਕਰ ਲਾਂਗਾ, ਤੇ ਆ ਕੇ ਮਾਰਚ ਦੇ ਵਿੱਚ ਮੈਂ ਡੇਟ ਦਊਂਗਾ, ਮੇਰੇ ਨਾਲ ਡਿਬੇਟ ਕਰੇ, ਸਾਰੀ ਦੁਨੀਆ ਸੁਣੇ ਵੀ ਜਿਹੜਾ ਬੰਦਾ ਉਹਦੇ ਪ੍ਰੋਗਰਾਮ ਰੋਕਣ ਜਾਂਦਾ ਇਹ ਕਿੱਦਾਂ ਮੰਨਦਾ, ਮੈਂ ਕਿੱਦਾਂ ਮੰਨਦਾ, ਫਿਰ ਮੈਂ ਯੂਥ ਵਾਸਤੇ ਕੀ ਕਰ ਸਕਦਾ, ਅੱਗੇ ਕਿਵੇਂ ਲਿਜਾਊਂਗਾ, ਇਹ ਕਿਵੇਂ ਲਿਜਾਣਗੇ, ਇਹ ਡਿਪੈਂਡ ਕਰਦੇ ਨੇ, ਮੈਂ ਬੰਦੇ ਨੂੰ ਪੈਰਾਂ 'ਤੇ ਖੜਾ ਕਰਦਾ, ਖੁਦ ਮੁਖਤਿਆਰ ਬਣਾਉਣਾ ਕਾਇਮ ਕਰਦਾ, ਉਹ ਸਾਰੀ ਦੁਨੀਆ ਦੇ ਸਾਹਮਣੇ ਕਲੀਅਰ ਹੋ ਜੂ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਸਾਡੇ ਨਾਲ ਗੱਲਬਾਤ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਵੀ ਅਤੇ ਤੁਹਾਡਾ। ਸੋ ਬਿਲਕੁਲ ਭਾਈ ਰਣਜੀਤ ਸਿੰਘ ਟੱਡਰੀਆਂ ਵਾਲੇ ਜੋ ਕਿ ਸਿੱਧੇ ਤੌਰ 'ਤੇ ਕਹਿ ਰਹੇ ਨੇ ਕਿ ਹੁਣ ਵੀ ਤਰਕਾਂ ਦੇ ਆਧਾਰ 'ਤੇ ਇਹਨਾਂ ਸਾਰੇ ਮਸਲਿਆਂ 'ਤੇ ਪੰਥਕ ਮਸਲਿਆਂ 'ਤੇ ਗੱਲਬਾਤ ਕਰਨ ਲਈ ਤਿਆਰ ਨੇ, ਸੱਦਾ ਦਿੱਤਾ ਹੋਇਆ, ਆਓ ਅਤੇ ਆ ਕੇ ਬਹਿਸ ਕਰੋ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।